ਜਸਟ ਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਲਗਾਤਾਰ ਸਿੱਖ ਸਿਆਸਤ ਨਾਲ ਜੁੜੀਆਂ ਅਹਿਮ ਖਬਰਾਂ ਚਰਚਾ ਦਾ ਵਿਸ਼ਾ ਬਣਦੀਆਂ ਪਈਆਂ ਹੈਗੀਆਂ ਅਤੇ ਇਹਨਾਂ ਸਭ ਦੇ ਵਿਚਾਲੇ ਬੰਦੀ ਸਿੰਘਾਂ ਬਾਰੇ ਐਲਾਨ ਹੋਇਆ ਅਤੇ ਉਹਨਾਂ ਐਲਾਨਾਂ ਦੇ ਵਿਚਾਲੇ ਬਲਵੰਤ ਸਿੰਘ ਰਾਜੋਣਾ ਦਾ ਜ਼ਿਕਰ ਵੀ ਹੋ ਰਿਹਾ। ਬਲਵੰਤ ਸਿੰਘ ਰਾਜੋਣਾ ਜ਼ਿਕਰ ਹੋਇਆ ਅਤੇ ਬਾਕੀ ਬੰਦੀ ਸਿੰਘਾਂ ਦਾ ਜ਼ਿਕਰ ਕਿੰਨਾ ਹੋ ਰਿਹਾ ਅਤੇ ਫਿਕਰ ਕਿੰਨੀ ਹੋ ਰਹੀ ਹੈ ਉਹ ਸਭ ਦੇ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਵੀ ਬਿਆਨ ਦਿੰਦੇ ਆ, ਅਕਾਲੀ ਭਾਜਪਾ ਸੁਖਬੀਰ ਸਿੰਘ ਬਾਦਲ ਵੀ ਬਿਆਨ ਦਿੰਦੇ ਆ, ਪੰਜਾਬ ਭਾਜਪਾ ਵੀ ਬਿਆਨ ਦਿੰਦੀ ਹੈਗੀ ਆ ਅਤੇ ਕੇਂਦਰੀ ਲੀਡਰਸ਼ਿਪ ਵੀ ਬਿਆਨ ਦਿੰਦੀ ਹੈ ਅਤੇ ਬਾਕੀ ਹੋਰ ਪਾਰਟੀਆਂ ਹੈਗੀਆਂ ਉਹ ਵੀ ਬਿਆਨ ਦਿੰਦੇ ਹੈਗੇ ਆ। ਪਰ ਇਸ ਸਭ ਦੇ ਵਿਚਾਲੇ ਬੇਅੰਤ ਸਿੰਘ ਕਤਲਕਾਂਡ ਨਾਲ ਜੁੜੇ ਅਤੇ ਪੀੜਿਤ ਪਰਿਵਾਰ ਰਮਣੀਤ ਸਿੰਘ ਬਿੱਟੂ ਜਿਹੜਾ ਬਿਆਨ ਦਿੰਦੇ ਹੈਗੇ ਆ ਉਹ ਸਭ ਨੂੰ ਕਿਹੜੇ ਨਜ਼ਰੀਏ ਨਾਲ ਸਮਝਿਆ ਜਾਵੇ ਅਤੇ ਕਿਵੇਂ ਦੇਖਿਆ ਜਾਵੇ। ਪਰ ਇਹ ਸਭ ਤੋਂ ਅਹਿਮ ਇਹ ਹੈਗਾ ਕਿ ਕੇਂਦਰ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਪਾਲਦੀ ਕੀ ਪਈ ਹੈਗੀ ਹੈ, ਬੰਦੀ ਸਿੰਘਾਂ ਦੇ ਬਹਾਨੇ ਕੀ ਨੇ ਸਿਆਸੀ ਨਿਸ਼ਾਨੇ। ਬੰਦੀ ਸਿੰਘਾਂ 'ਤੇ ਸਿਆਸਤ ਹੋ ਰਹੀ ਹੈ ਅਤੇ ਅੱਜ ਬਹਿਸ ਇਸ ਲਈ ਕਰ ਰਹੇ ਹਾਂ ਅਸੀਂ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 9 ਸਿੱਖ ਕੈਦੀਆਂ ਮੁਤਲਕ ਵੱਡਾ ਐਲਾਨ ਹੋਇਆ। ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ 8 ਸਿੱਖ ਕੈਦੀਆਂ ਦੀ ਰਿਹਾਈ ਦੀਆਂ ਖਬਰਾਂ ਵੀ ਆ, ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਬੇਅੰਤ ਸਿੰਘ ਕਤਲਕਾਂਡ ਵਿੱਚ ਸਜ਼ਾ ਯਾਫਤਾ ਰਾਜੋਆਣਾ ਦੀ ਸਜ਼ਾ ਤਬਦੀਲੀ ਦੇ ਚਰਚੇ ਹੋ ਰਹੇ ਆ, ਹਾਲਾਂਕਿ ਇਹਦੇ ਲਈ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰਨਾ ਹੁੰਦਾ। ਅਕਾਲੀ ਭਾਜਪਾ ਸਣੇ ਸਿੱਖ ਜਥੇਬੰਦੀਆਂ ਨੇ ਕੇਂਦਰੀ ਫੈਸਲੇ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਕਮੇਟੀ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਉਹਨਾਂ ਨੇ ਸਵਾਗਤ ਕੀਤਾ ਹੈਗਾ ਦਿੱਲੀ ਕਮੇਟੀ। ਬਲਵੰਤ ਸਿੰਘ ਰਾਜੋਆਣਾ ਨੂੰ ਮਿਲਦੀ ਰਿਆਇਤ 'ਤੇ ਕਾਂਗਰਸ ਇੱਕ ਸੁਰ ਨਹੀਂ ਹੈਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 17 ਕੈਦੀਆਂ ਦੀ ਭੇਜੀ ਸੀ ਕੇਂਦਰ ਨੂੰ ਸੂਚੀ, ਜਿਹੜੇ ਕਿ ਉਹਨਾਂ ਤੋਂ ਲਿਸਟ ਮੰਗੀ ਗਈ ਸੀ, ਪਰ ਉਹਨਾਂ ਨੇ ਸਿਫਾਰਿਸ਼ ਦਾ ਜ਼ਿਕਰ ਨਹੀਂ ਕੀਤਾ ਗਾ। ਪਰ ਸਿਫਾਰਿਸ਼ ਦਾ ਜ਼ਿਕਰ ਕਿਵੇਂ ਹੁੰਦਾ ਇਹ ਸਵਾਲ ਬਹੁਤ ਅਹਿਮ ਹੈਗਾ। ਮੈਂ ਮੌਤ ਦੀ ਸਜ਼ਾ ਦਾ ਵਿਰੋਧ ਕਰਦਾ, ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਰਹੇ ਹੈਗੇ ਆ। ਕਾਂਗਰਸ ਸੀ ਮੈਂਬਰ ਪਾਰਲੀਮੈਂਟ ਰਮਨੀਤ ਬਿੱਟੂ ਨੇ ਰਾਜੋਆਣਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ ਕਿਉਂਕਿ ਇਹ ਪੀੜਿਤ ਪਰਿਵਾਰ ਨਾਲ ਸੰਬੰਧ ਰੱਖਦੇ ਆ, ਬੇਅੰਤ ਸਿੰਘ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਆ ਰਮਨੀਤ ਬਿੱਟੂ, ਅਤੇ ਉਹਨਾਂ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਭਾਜਪਾ ਦੀ ਦੋਹਰੀ ਰਾਜਨੀਤੀ ਹੈ। ਅਕਾਲੀ ਭਾਜਪਾ ਨੇ ਕਾਂਗਰਸ ਦੀ ਬਿਆਨਬਾਜ਼ੀ ਨੂੰ ਬੇਲੋੜਾ ਦੱਸਿਆ, ਜਿਵੇਂ ਕਿ ਦੱਸਣਾ ਬਣਦਾ ਸੀ ਉਵੇਂ ਦੱਸ ਦਿੱਤਾ ਗਿਆ। ਅਤੇ ਬਿਆਨਬਾਜ਼ੀ ਹੋ ਕੀ ਰਹੀ ਹੈ ਪਹਿਲਾਂ ਸੁਣ ਲਈਏ। 17 ਇਹੋ ਜਿਹੇ ਬੰਦੇ ਸੀ, ਉਹ 17 ਨਾਮ ਅਸੀਂ ਭੇਜ ਦਿੱਤੇ ਨਾ, ਕਿਹਨੂੰ ਕੈਸੇ ਚੁਣੇ ਆ, ਕੀ ਕਰਦਾ ਹੈ, ਦੈਟ ਓਨਲੀ ਦੀ ਮਿਨਿਸਟਰ ਆਫ ਹੋਮ ਕੈਨ ਟੈਲ ਯੂ, ਆਈ ਕਾਂਟ ਟੈਲ ਯੂ। ਲੇਕਿਨ ਸਾਡਾ ਸ਼ੁਰੂ ਤੋਂ ਸਟੈਂਡ ਰਿਹਾ ਕਿ ਜਿਹੜੇ ਸਾਡੇ ਚੀਫ ਮਿਨਿਸਟਰ ਉਹਨਾਂ ਦੇ ਹਥਿਆਰੇ ਸੀ, ਦੇ ਮਸਟ ਫੁਲਫਿਲ ਦੈਟ, ਜਿਹੜੀ ਉਹਨਾਂ ਦੀ ਸੈਂਟੈਂਸ ਹੈ। ਇਹ ਜ਼ਰੂਰ ਸੀ ਕਿ 2012 'ਚ ਮੈਂ ਕਿਹਾ ਸੀਗਾ ਕਿ ਆਈ ਐਮ ਅਗੇਂਸਟ ਡੈਥ ਪੈਨਲਟੀ। ਇੱਦੋਂ ਵੱਡਾ ਕਾਲਾ ਦਿਨ ਪੰਜਾਬ ਲਈ, ਲੋਕਤੰਤਰ ਲਈ, ਡੈਮੋਕ੍ਰੇਸੀ ਲਈ, ਕਾਨੂੰਨ ਲਈ, ਕੋਈ ਵੀ ਇੱਦੋਂ ਵੱਡਾ ਧੱਬਾ ਬਲੌਟ ਬੀਜੇਪੀ ਸਰਕਾਰ ਅਮਿਤ ਸ਼ਾਹ 'ਚ ਮੋਦੀ 'ਚ ਵੱਲੋਂ ਨਹੀਂ ਹੋਊਗਾ। ਇੱਕ ਪਾਸੇ UNO 'ਚ ਜਾ ਕੇ ਪ੍ਰਾਈਮ ਮਿਨਿਸਟਰ ਟੈਰਰਿਜ਼ਮ ਦੀ ਮੇਨ ਗੱਲ ਜੇ ਕਰਦੇ ਉਹ ਅੱਤਵਾਦ ਦੇ ਅਗੇਂਸਟ ਸਾਰੇ ਮੁਲਕਾਂ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਆ, ਪਰ ਦੂਜੇ ਪਾਸੇ ਸਿਰਫ ਆਪਣੀ ਸਿਆਸਤ ਕਰਨ ਨੂੰ ਵੀ BJP ਦੇ ਪੈਰ ਜਿਹੜੇ ਆ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਨੂੰ ਠਿੱਬੀ ਲਾ ਕੇ ਕਿਵੇਂ ਲਾਈਏ। ਆ ਇੱਕ ਹਿਊਮੈਨੀਟੇਰੀਅਨ ਗਰਾਊਂਡ ਹੈ, ਜਿਹੜੇ ਇਨਸਾਨ ਨੇ ਆਪਣੀ ਸਜ਼ਾ ਕੱਟ ਲਈ ਹੈ, ਜਿਹੜੇ ਸਜ਼ਾ ਹੀ ਕੱਟ ਲਈ ਹੈ, ਜੇ ਕਿਸੇ ਨੂੰ ਉਮਰ ਕਿਸੇ ਨੇ ਕਤਲ ਕੀਤਾ ਹੈ ਉਹਨੂੰ 15 ਸਾਲ ਦੀ ਸਜ਼ਾ ਹੋ ਗਈ, ਜੇ ਉਹ 20 ਸਾਲ ਕੱਟ ਲਏ ਉਹਨੂੰ ਕੌਣ ਰੱਖਣ ਵਾਸਤੇ, ਜੇ ਰਿਹਾਅ ਕਰਨ ਵਾਸਤੇ ਕੋਈ ਮਾੜੀ ਗੱਲ। ਆ ਕਾਂਗਰਸ ਦੀ ਨੀਤੀ ਰਹੀ ਹੈ। ਆ ਤਾਂ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਲਗਾਤਾਰ ਬਾਦਲ ਸਾਹਿਬ ਨੇ ਲੜਾਈ ਲੜੀ, ਆਪਣੇ ਜੋ ਚੀਫ ਮਿਨਿਸਟਰ ਸੀ ਉਦੋਂ ਵੀ ਹੁਣ ਵੀ ਲਗਾਤਾਰ ਪ੍ਰਧਾਨ ਮੰਤਰੀ ਨਾਲ ਸਾਰਿਆਂ ਨਾਲ ਮਿਲ ਕੇ, ਅਤੇ ਅੱਜ ਜੋ ਕਾਫੀ ਕੁਛ ਕੌਮ ਦੀ ਜੋ ਗੱਲ ਸੀ ਕਿ ਜਿਹੜੇ ਲੋਕ ਇਮੋਸ਼ਨਲ ਹੋ ਕੇ ਉਸ ਟਾਈਮ ਸਮਾਂ ਇਹੋ ਜਿਹਾ ਸੀ ਜਦੋਂ ਗਾਂਧੀ ਪਰਿਵਾਰ ਨੇ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਹਮਲਾ ਕੀਤਾ, ਸੋ ਲੋਕ ਇਮੋਸ਼ਨਲ ਹੋ ਗਏ ਸੀ। ਚਲੋ ਉਹਨਾਂ ਤੋਂ ਕੁਛ ਗਲਤੀਆਂ ਹੋ ਗਈਆਂ ਤਾਂ ਉਹਨਾਂ ਨੇ ਸਜ਼ਾ ਭੁਗਤ ਲਈਆਂ, ਹੁਣ ਜਿਹੜੀ ਭੁਗਤ ਲਈਆਂ ਤਾਂ ਉਹਨਾਂ ਨੂੰ ਛੱਡਣਾ ਹਿਊਮੈਨਿਟੀ ਅਕਾਊਂਟ। ਸ਼੍ਰੀ ਨਰਿੰਦਰ ਮੋਦੀ ਜੀ ਕੀ ਸਰਕਾਰ ਆਈ ਹੈ ਜਿਸਨੇ ਕਾਂਗਰਸ ਕੇ ਦੀਏ ਹੋਏ ਜ਼ਖਮੋਂ ਪਰ ਮਰਹਮ ਲਗਾਨੇ ਕਾ ਕਾਮ ਕੀਆ। ਰਮਨੀਤ ਬਿੱਟੂ ਕਾ ਬਿਆਨ ਅਲੱਗ ਸੇ ਸਾਹਮਣੇ ਆ ਰਹਾ ਹੈ, ਕੈਪਟਨ ਅਮਰਿੰਦਰ ਸਿੰਘ ਕਾ ਅਲੱਗ ਸੇ ਬਿਆਨ ਸਾਹਮਣੇ ਆ ਰਹਾ ਹੈ, ਕੈਸੇ ਦੇਖਦੇ ਹਨ? ਐਸਾ ਹੈ ਕਿ ਇਹ ਕਾਂਗਰਸ ਕਾ ਆਂਤਰਿਕ ਮਸਲਾ ਹੈ। ਦੇਖੋ, ਅਸੀਂ ਤਾਂ ਇਹ ਉਮੀਦ ਕਰਦੇ ਹਾਂ ਕਿ ਵੀਰ ਜੀ ਦਾ ਜਿਹੜੀ ਫਾਂਸੀ ਹੈ ਉਹ ਕਨਵਰਟ ਹੋਵੇ। ਸਾਡੀ ਤਾਂ ਬਹੁਤ ਸਮੇਂ ਤੋਂ ਮੰਗ ਆ, ਕਿਉਂਕਿ ਵੀਰ ਜੀ ਦਾ 2012 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਅਪੀਲ ਰਾਸ਼ਟਰਪਤੀ ਜੀ ਦੇ ਕੋਲ ਲਾਈ ਸੀਗੀ ਉਹ ਹਲੇ ਤੱਕ ਉਹਦਾ ਫੈਸਲਾ ਨਹੀਂ ਹੋਇਆ, ਅਤੇ ਸਾਡੀ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਕੋਲ ਬਹੁਤ ਪਹਿਲਾਂ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਹਰ ਵਾਰ। ਕਿ ਹੁਣ ਤੁਹਾਡਾ ਜਦੋਂ ਇਹ ਫੈਸਲਾ ਆਇਆ ਉਸ ਤੋਂ ਬਾਅਦ ਤੁਹਾਡੀ ਮੇਲ ਹੋਇਆ ਉਹਨਾਂ ਨਾਲ, ਕੋਈ ਕੁਛ ਮਿਲੀ ਉਹਨਾਂ ਨੂੰ ਜਦੋਂ? ਹਾਂਜੀ, ਉਹ ਸਾਰੇ ਇਹ ਉਮੀਦ ਕਰਦੇ ਨੇ ਕਿ ਇੱਕ ਸਿੱਖ ਕੈਦੀ ਦੀ ਜਿਹੜੀ ਕਿ ਬਦਲੀ ਆ, ਤਾਂ ਉਹ ਸਿੱਖ ਕੈਦੀ ਆ ਜਿਹੜੇ ਵੀਰ ਜੀ ਹੋਈ ਨੇ, ਕਿਉਂਕਿ ਹੋਰ ਕਿਸੇ ਵੀ ਸਿੱਖ ਕੈਦੀ ਨੂੰ ਫਾਂਸੀ ਦੀ ਸਜ਼ਾ ਨਹੀਂ ਹੈ ਜੀ। ਇਸ ਡਿਬੇਟ ਦੇ ਵਿੱਚ ਸਵਾਲ ਵੱਡਾ ਇਹ ਪੁੱਛਿਆ ਜਾਵੇਗਾ
कि सिखां नाल जुड़े केंद्र के फैसले भाजपा के मिशन पंजाब 2022 का प्लान है कि ये सिखां नाल जुड़े केंद्र के फैसलों की गल करते पे असी जिहड़े कि पिछले कुछ दिनों तो सुर्खियों में बने हुए हैं, चाहे वह एडवर्स लिस्ट की गल होवे, चाहे होर मामले होण जिन्हां बारे तुसीं अक्सर जानते हो समझते हो, उन्होंने सारे मुद्दों पर डिबेट करांगे। पैनल साडा मौजूद हैगा, उन्होंने तुहाडा तारुफ करा रहे मलविंदर सिंह माली पोलीटिकल कमेंटर के तौर पर साडा मौजूद रहेंगे। माली साहब तुहाडा बहुत स्वागत है। मलविंद सिंह कांग भारतीय जनता पार्टी बुला रहे, कांग साहब तुहाडा बहुत स्वागत है। अमरदीप सिंह धारनी श्रोमणी अकाली दल बुला रहे, धारनी साहब तुहाडा बहुत स्वागत है। नील खरक आम आदमी पार्टी बुला रहे, गर्ग साहब तुहाडा बहुत स्वागत है। सब तो पहला सवाल मलविंदर कांग तुहानू करना चाहूँगा, हो सकता है सवाल तुहानू पसंद ना आए तो अज की डिबेट ना रेलीवेंट भी ना लगे, पर यह सवाल पूछना लाजमी बनता है कि भारतीय जनता पार्टी बलवंत सिंह राजवाणा कातल मानती है ज नहीं। देखो मैं थोड़ा जा बैकग्राउंड जाना चाहना के पी जी आजाद खान साहब बैकग्राउंड चले जाइए, मैं एक साधारण सवाल किया जो जवाब दे सकते हो तो मैं डिबेट अगे तोरा भारतीय जनता पार्टी बलवंत सिंह राजवाड़ा नूं कातल मानदी है जां नहीं। मैं कहना उन्होंने कोर्ट ने कातल मन्निया है, भारतीय जनता पार्टी दे मन्नण ना मन्नण नाल की भारतीय जनता पार्टी मानदी है, कोर्ट दे फैसले मानदी ने भारतीय जनता पार्टी, कोर्ट ने उन्होंने कातल मन्निया। भारतीय जनता पार्टी मानदी है, कोर्ट ने भारतीय जनता पार्टी मानदी है, भारतीय जनता पार्टी। देखो के पी जी पिछले 70 ਸਾਲਾਂ ਚ ਮੈਂ ਵਾਪਸ ਆ ਜਾਊਂਗਾ ਤੁਹਾਨੂੰ ਵਾਪਸ ਆ ਜਾਊਂ ਕੰਗ ਸਾਹਿਬ ਵਾਪਸ ਆ ਜਾਊਂ ਮੈਂ ਇੱਕ ਸਵਾਲ ਦਾ ਪਹਿਲਾਂ ਜਵਾਬ ਦੇ ਤੁਸੀਂ ਮੈਨੂੰ ਤਾਰਨੀ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ ਆਉਂਗਾ ਤੁਹਾਨੂੰ ਪੂਰਾ ਵਕਤ ਦੇਵਾਂਗਾ ਮੈਂ। ਤਾਰਨੀ ਸਾਹਿਬ ਬਲਵੰਤ ਸਿੰਘ ਰਾਜਵਾਣਾ ਨੂੰ ਕਾਤਲ ਮੰਨਦੇ ਤੁਸੀਂ? ਨਹੀਂ ਬਿਲਕੁਲ ਅਸੀਂ ਕੋਈ ਇਸ ਤਰ੍ਹਾਂ ਉਹਨਾਂ ਨੂੰ ਕਾਤਲ ਨਹੀਂ ਮੰਨਦੇ ਹੈਗੇ। ਠੀਕ ਹੈ ਠੀਕ ਹੈ ਮੈਂ ਵਾਪਸ ਆਉਂਗਾ ਗਰਗ ਸਾਹਿਬ ਬਲਵੰਤ ਸਿੰਘ ਰਾਜਵਾਣਾ ਨੂੰ ਕਾਤਲ ਮੰਨਦੇ ਤੁਸੀਂ? ਦੇਖੋ ਇਹ ਤੇ ਸੱਚ ਹੈਗਾ ਕਿ ਉਹਨਾਂ ਨੇ ਜਿਹੜਾ ਹੈਗਾ ਬਿੰਦ ਸਿੰਘ ਦੇ ਕਤਲ ਦੇ ਵਿੱਚੋਂ ਸ਼ਾਮਿਲ ਹੈ। ਤੁਸੀਂ ਕਾਤਲ ਮੰਨਦੇ ਹੋ ਜਾਂ ਨਹੀਂ ਮੰਨਦੇ? ਮੈਨੂੰ ਗਲਤ ਕਰ ਲੈਂਦੇ? ਨਹੀਂ ਮੈਨੂੰ ਇਹਨਾਂ ਕ ਜਵਾਬ ਚਾਹੀਦਾ, ਮੈਂ ਉਸ ਤੋਂ ਬਾਅਦ ਅੱਗੇ ਆਉਂਗਾ, ਬਲਵੰਤ ਸਿੰਘ ਰਾਜਵਾਣਾ ਨੂੰ ਕਾਤਲ ਮੰਨਣ ਦੇ ਲਈ ਕਿਹੜੀ ਰਾਜਨੀਤੀ ਚਾਹੀਦੀ ਹੈ ਜਾਂ ਬਲਵੰਤ ਸਿੰਘ ਰਾਜਵਾਣਾ ਦੇ ਲਈ ਕਿਹੜੇ ਫੈਸਲੇ ਚਾਹੀਦੇ ਆ ਜਿਨ੍ਹਾਂ ਤੇ ਇਹ ਦੱਸਿਆ ਜਾ ਸਕੇ, ਸਿਆਸਤ ਇਹ ਸੌਖੇ ਤਰੀਕੇ ਨਾਲ ਦੱਸ ਸਕੇ ਕਿ ਬਲਵੰਤ ਸਿੰਘ ਰਾਜਵਾਣਾ ਕਾਤਲ ਸੀ ਜਾਂ ਕਾਤਲ ਹੈ ਜਾਂ ਕਾਤਲ ਨਹੀਂ ਹੈ, ਕਿਉਂ ਨਹੀਂ ਦੱਸ ਪਾ ਰਹੀਆਂ ਮਾਲੀ ਸਾਹਿਬ? ਮੈਂ ਆ ਦੇਖੋ ਉਹਦੇ ਵਿੱਚ ਗੱਲ ਇਹ ਆ, ਇਤਿਹਾਸ ਇਹ ਦੱਸਦਾ, ਸਾਡਾ ਸਮੇਂ ਦਾ ਦੌਰ ਇਹ ਦੱਸਦਾ ਵੀ ਕਿਸੇ ਵੀ ਸਮੇਂ ਜਿਹੜੀਆਂ ਵਾਪਰਦੀਆਂ ਘਟਨਾਵਾਂ ਨੇ ਉਹਨਾਂ ਬਾਰੇ ਇੱਕੋ ਨਜ਼ਰੀਆ ਨਹੀਂ ਹੁੰਦਾ ਕਿਤੇ ਵੀ। ਇਤਿਹਾਸ ਇਹ ਦੱਸਦਾ ਵੀ ਕਿਸੇ ਸਮੇਂ ਦੇ ਅੱਤਵਾਦੀ ਆ ਜਿਹੜੇ ਦੂਸਰੇ ਸਮੇਂ ਦੇ ਸ਼ਹੀਦ ਹੁੰਦੇ ਆ। ਬਿਲਕੁਲ, ਇਸ ਕਰਕੇ ਕਿਸੇ ਪ੍ਰਸੰਗ ਦੇ ਵਿੱਚ ਕਿਸੇ ਵੱਲੋਂ ਕੀਤੀ ਹੋਈ ਕਾਰਵਾਈ ਨੂੰ ਵੀ ਦੇਖਿਆ ਜਾ ਸਕਦਾ। ਬਲਵੰਤ ਸਿੰਘ ਰਾਜਵਾਣਾ ਆਪ ਕਹਿੰਦਾ ਬੇਅੰਤ ਸਿੰਘ ਨੂੰ ਮੈਂ ਸੋਧਿਆ, ਮੇਰਾ ਉਹਦੇ ਵਿੱਚ ਹੱਥ ਸੀ, ਮੈਂ ਮਾਫ਼ੀ ਨਹੀਂ ਮੰਗੂੰਗਾ, ਮੈਂ ਰਹਿਮ ਦੀ ਅਪੀਲ ਨਹੀਂ ਕਰੂੰਗਾ। ਇਦੋਂ ਵੱਡਾ ਘਟਨਾ ਬਾਰੇ ਸਾਨੂੰ ਸਬੂਤ ਦੱਸੋ ਜੀ, ਹੋਰ ਕੀ ਚਾਹੀਦਾ? ਬਲਵੰਤ ਸਿੰਘ ਰਾਜਵਾਣਾ ਨੂੰ ਤੁਸੀਂ ਜਿੰਦਾ ਸ਼ਹੀਦ ਮੰਨਦੇ? ਮੇਰਾ ਸਵਾਲ ਇਹ ਆ ਵੀ ਇੱਕ ਲਹਿਰ ਦਾ, ਉਹ ਇੱਕ ਪ੍ਰਤੀਕ ਆ ਜਿਹਨੇ ਕਿਹਾ ਵੀ ਅਸੀਂ ਜਦੋਂ ਬੇਅੰਤ ਸਿੰਘ ਨੂੰ ਸੋਧਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੁਲਿਸ ਘਰਾਂ 'ਚੋਂ ਚੱਕ ਚੱਕ ਕੇ ਜਿਹੜੇ ਮੁੰਡਿਆਂ ਨੂੰ ਮਾਰ ਰਹੀ ਸੀ ਉਹ ਵਰਤਾਰੇ ਨੂੰ ਰੋਕ ਹੋਈ। ਉਹ ਕਹਿੰਦਾ ਵੀ ਉਦੋਂ ਪਹਿਲਾਂ 25,000 ਮੁੰਡੇ ਇਹਨਾਂ ਨੇ ਘਰਾਂ ਤੋਂ ਫੜ ਕੇ ਪੁਲਿਸ ਨੇ ਕਾਨੂੰਨ ਦੀ ਉਲੰਘਣਾ ਕਰਕੇ ਸਿਆਸੀ ਪਾਰਟੀਆਂ ਦੀ ਸ਼ਹਿ ਨਾਲ ਜਿਹਦੇ ਬਾਰੇ ਚੁੱਪ ਨੇ, ਕਹਿੰਦਾ ਇਹ ਇਹਦਾ ਅਸੀਂ ਬਦਲਾ ਲਿਆ। ਉਹ ਕਹਿੰਦਾ ਠੀਕ ਹੈ ਠੀਕ ਠੀਕ ਹੈ ਮਾਨ ਸਿੰਘ ਕੰਗ, ਹਾਂ ਹੁਣ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ? ਦੇਖੋ ਕੇ ਪੀ ਜੀ ਮੈਂ ਇਹ ਕਹਿ ਸਕਦਾ ਹੈ ਵੀ ਪੋਲੀਟੀਕਲ ਸਿਸਟਮ ਤੋਂ ਸਤਾਏ ਹੋਏ ਨੌਜਵਾਨਾਂ ਨੇ ਉਦੋਂ ਹਥਿਆਰ ਆਪਣੇ ਹੱਥ ਚੁੱਕੇ, ਉਸ ਟਾਈਮ ਦੇ ਪੋਲੀਟੀਕਲ ਜਿਹੜਾ ਸਿਸਟਮ ਸੀ ਜਿਹੜੀ ਆਵਾ। ਦੇਖੋ ਆਜ਼ਾਦ ਭਾਰਤ ਤੋਂ ਲੈ ਕੇ ਚਾਹੇ ਆਪਾਂ ਨਾ ਪਿਛਲੇ ਸਮੇਂ ਜਾਈਏ, ਸਰਦਾਰ ਕਪੂਰ ਸਿੰਘ ਦੀ ਕਿਤਾਬ ਪੜ੍ਹ ਲਓ, ਸਿੱਖਾਂ ਨਾਲ ਕਿਸ ਤਰੀਕੇ ਨਾਲ ਕਾਂਗਰਸ ਦੀ ਜਿਹੜੀ ਨੀਤੀ ਰਹੀ ਆ ਸਿੱਖ ਵਿਰੋਧੀ ਰਹੀ ਆ, ਔਰ ਮੌਜੂਦਾ ਸਮੇਂ 'ਚ ਆਪਾਂ ਆਪ ਦੇਖਿਆ ਹੈ, ਚਾਹੇ ਉਹ ਆਪਾਂ ਛੋਟੀ ਉਮਰ ਸੀਗੇ, ਆਪਾਂ ਅੱਜ ਉਸ ਚੀਜ਼ ਨੂੰ 84 ਦਾ ਲੈ ਲਓ, ਦਰਬਾਰ ਸਾਹਿਬ ਦੇ ਹਮਲਾ ਲੈ ਲਓ, ਜਾਂ ਜਿਹੜਾ ਬੇਅੰਤ ਸਿੰਘ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੇ ਪੀਰੀਅਡ ਦੀ ਗੱਲ ਕਹਿ ਲਓ ਜਦੋਂ ਉਹ ਮੁੱਖ ਮੰਤਰੀ ਸੀ ਪੰਜਾਬ ਦੇ, ਉਸ ਧੱਕਾਸ਼ਾਹੀ ਦੇ ਖਿਲਾਫ ਨੌਜਵਾਨਾਂ ਨੇ ਆਪਣੇ ਹੱਥ 'ਚ ਜਿਹੜਾ ਹੈ ਹਥਿਆਰਾਂ ਨੂੰ ਚੱਕਿਆ। ਮੈਂ ਇਹਨੂੰ ਕਹਿੰਦਾ ਵੀ ਇਹ ਪੋਲੀਟੀਕਲ ਸਟਰਗਲ ਸੀ ਉਹਨਾਂ ਦੀ, ਇੱਕ ਸਿਸਟਮ ਦੇ ਖਿਲਾਫ ਲੜਾਈ ਸੀ, ਉਹਨੂੰ ਵੇਖਣ ਦੇ ਅਲੱਗ ਅਲੱਗ ਤਰੀਕੇ ਹੋ ਸਕਦੇ। ਜਿੱਦਾਂ ਮਾਨੀ ਸਾਹਿਬ ਨੇ ਤਾਂ ਸਵਾਲ ਕੀਤਾ ਹੈ ਤੁਹਾਨੂੰ ਕੰਗ ਸਾਹਿਬ, ਵੈਸੇ ਤੁਹਾਨੂੰ ਇਹ ਸਵਾਲ ਨਹੀਂ ਪਸੰਦ ਆਇਆ ਕਿਸੇ ਵੀ ਪੋਲੀਟੀਕਲ ਨਹੀਂ 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 ਨਾ ਪਸੰਦ ਹੋਣ ਵਾਲੀ ਗੱਲ ਹੀ ਨਹੀਂ, ਪਰ ਜਵਾਬ ਤੇ ਮੈਂ ਆਪਣੇ ਤਰੀਕੇ ਨਾਲ ਦਊਂਗਾ। ਪਰ ਕੰਗ ਸਾਹਿਬ ਤੁਸੀਂ ਜਿਤਨਾ ਸਵਾਲ ਨਹੀਂ ਮੈਂ ਹਿਸਾਬ ਨਾਲ ਮੈਂ ਜਵਾਬ ਨਹੀਂ ਨਾ ਨਾ ਦੋ ਜਵਾਬ ਮੈਂ ਆਪਣੇ ਤਰੀਕੇ ਨਾਲ ਦਊਂਗਾ। ਮੈਂ ਕੰਗ ਸਾਹਿਬ ਸਵਾਲ ਇਸ ਕਰਕੇ ਕੀਤਾ ਸੀ ਕਿਉਂਕਿ ਤੁਹਾਡੇ ਲੀਡਰ ਇਸ ਤੋਂ ਪਹਿਲਾਂ
लगातार बलवंत सिंह राजुआना का विरोध करते रहे हैं तो उन्होंने कातल दसते रहे हैं। मैं सवाल इस करके किया सी, पंजाब की लीडरशिप किसी होर तरीके सोचती है, केंद्रीय लीडरशिप किसी होर तरीके सोचती है, क्योंकि पंजाब में वोटों का मसला भी है। कंग साहब माफ करना, नहीं देखो हर गल देखो, मैं ये गल कही है भी पोलिटिकल सिस्टम तो सताए हुए नौजवानों ने और भटके हुए नौजवानों ने मजबूर होकर जिहड़े हथियार नूं अपने हाथ च लिया, उह ते एम्पलॉई सीगे, पंजाब पुलिस दे एम्पलॉई सी बल राजवाणा साहब। चलो मैं इस गल होर करना, मैं माली साहब तो सहमत है, समय जिहड़ा है ना, समय दे हिसाब नाल चीजां बदलदियां है। अज तुसीं गल कह रहे सिंह राजवाणा दा जिहड़ा केस है ਉਹਨੂੰ ਬੜੇ ਇਮੋਸ਼ਨਲ ਹੋ ਕੇ ਬੜੇ ਸੰਜੀਦਾ ਤਰੀਕੇ ਨਾਲ ਭਾਰਤ ਦੀ ਸਰਕਾਰ ਨੇ ਕੰਸੀਡਰ ਕੀਤਾ। ਮੈਂ ਸਵਾਲ ਕਰ ਲਵਾਂ, ਸਿੱਖਾਂ ਦੀਆਂ ਭਾਵਨਾਵਾਂ ਦਾ ਉਹਨਾਂ ਨੇ ਧਿਆਨ ਰੱਖਿਆ? ਰਾਜੂਆਣਾ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਹੀਰੋ ਹੈ, ਰਾਜੂਆਣਾ ਸਿੱਖ ਕੌਮ ਦੇ ਹੀਰੋ ਹੈ, ਅਕਾਲ ਤਖਤ ਸਾਹਿਬ ਤੋਂ ਡਿਕਲੇਅਰ ਜਿੰਦਾ ਸ਼ਹੀਦ ਹੈ, ਬੀਜੇਪੀ ਅਕਾਲ ਤਖਤ ਦੇ ਜਿਹੜਾ ਹੁਕਮ ਹੁੰਦਾ ਉਹਨੂੰ ਹਰੇਕ ਸਿੱਖ ਨੂੰ ਮੰਨਣ ਦਾ ਉਹਦਾ ਫਰਜ਼ ਹੈ। ਮੈਂ ਵੀ ਇਸ ਗੱਲ ਕੇ ਉਸ ਗੱਲ ਨੂੰ ਫੋਲੋ ਕਰਦਾ ਹਾਂ, ਸਿੱਖ ਕੌਮ ਦੇ ਹੀਰੋ ਤੇ ਬਲਵੰਤ ਸਿੰਘ ਰਾਜਵਾਣਾ ਹੈਗੇ ਆ। ਚਲੋ ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਕੁਝ ਇਹੋ ਜਿਹੇ ਸਵਾਲ ਹੋਣਗੇ ਜਿਹੜੇ ਤੁਹਾਨੂੰ ਸਾਨੂੰ ਪਸੰਦ ਨਹੀਂ ਵੀ ਹੋਣਗੇ, ਪਰ ਇਹ ਸਵਾਲ ਪੁੱਛਣ ਲਾਜ਼ਮੀ ਹੈ ਕਿ ਆ, ਤਾਂ ਹੀ ਪਤਾ ਲੱਗੂਗਾ ਸਿਆਸਤ ਇਸ ਚੋਂ ਪਾਲਦੀ ਕੀ ਹੈਗੀ ਹੈ, ਸੰਜੀਦਗੀ ਹੈ ਕਿੰਨੀ ਆ, ਬੰਦੀ ਸਿੰਘਾਂ ਦੇ ਬਹਾਨੇ ਕੀ ਨੇ, ਸਿਆਸੀ ਨਿਸ਼ਾਨੇ। ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛੂੰਗਾ ਜ਼ਰੂਰ। ਸਵਾਲ ਇੱਕੋ ਪੁੱਛ ਰਿਹਾ ਸੀ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਕਿ ਸਿੱਖਾਂ ਨਾਲ ਜੁੜੇ ਕੇਂਦਰ ਦੇ ਫੈਸਲੇ, ਭਾਜਪਾ ਦੇ ਮਿਸ਼ਨ ਪੰਜਾਬ 2022 ਦਾ ਪਲਾਨ ਹੈ। ਧਾਰਨੀ ਸਾਹਿਬ, ਕੀ ਜਿਹੜੇ ਹੁਣ ਕੌਮ ਦੇ ਲਈ, ਸਿੱਖ ਕੌਮ ਦੇ ਲਈ ਫੈਸਲੇ ਆ ਰਹੇ ਹੈਗੇ ਆ, ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਹੈ ਭਾਈਵਾਲ ਹੈ, ਉਹਨਾਂ ਨੂੰ ਵੀ ਇਉਂ ਲੱਗਦਾ ਪਿਆ ਕਿ ਪੰਜਾਬ 2022 ਦਾ ਬੀਜੇਪੀ ਦਾ ਪਲਾਨ ਹੈ ਜਾਂ ਸਿੱਖਾਂ ਨਾਲ ਜੁੜੇ ਮਸਲਿਆਂ 'ਤੇ ਅਕਾਲੀ ਦਲ ਦੀ ਮੰਨ ਰਿਹਾ ਹੁਣ ਭਾਰਤੀ ਜਨਤਾ ਪਾਰਟੀ? ਦੇਖੋ ਜਿਹੜਾ ਤੁਹਾਡਾ ਦੂਜਾ ਕੁਐਸਚਨ ਹੈ, ਮੈਨੂੰ ਇਹ ਲੱਗਦਾ ਵੀ ਇਹੀ ਹੈਗਾ ਕਿ ਜਦੋਂ ਤੋਂ ਇਹ ਸਾਰਾ ਕੁਛ ਹੋਇਆ, ਸ਼ੁਰੂਆਤ ਹੋਈ, ਜਿਹੜਾ ਦੂਜਾ ਸਵਾਲ ਮੈਂ ਕੀਤਾ ਸੀਗਾ ਵੀ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਸੁਣਦਾ ਪਿਆ ਹੁਣ, ਸੁਣਦਾ ਪਿਆ। ਮੇਰਾ ਸਵਾਲ ਅਗਲਾ ਵੀ ਲੈਣਾ ਪਲੀਜ਼ ਧਾਰਨੀ ਸਾਹਿਬ, ਮੈਂ ਬੜੀ ਰਿਕੁਐਸਟ ਨਾਲ ਤੁਹਾਨੂੰ ਕਹਿ ਰਿਹਾ, ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਹਰ ਸਿੰਘ ਬਾਦਲ ਜਾਂ ਹੋਰ ਤੁਹਾਡੇ ਜਿਹੜੇ ਸੀਨੀਅਰ ਲੀਡਰ ਹੈਗੇ, ਉਹ ਹਮੇਸ਼ਾ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਆ, ਹੁਣ ਸੁਖਬੀਰ ਸਿੰਘ ਬਾਦਲ ਨੇ ਸਿਰਫ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ, ਹੁਣ ਮੋਦੀ ਸਾਹਿਬ ਦਾ ਧੰਨਵਾਦ ਕਿਉਂ ਨਹੀਂ ਕਰ ਪਾ ਰਹੇ ਤੁਸੀਂ ਜੇ ਅਕਾਲੀ ਦਲ ਦੀ ਬੀਜੇਪੀ ਮੰਨਣ ਲੱਗ ਪਈ ਹੈ ਤਾਂ? ਦੇਖੋ ਗੱਲ ਇਹ ਹੈ ਕਿ ਪੀ ਜੀ, ਇਹ ਤੁਹਾਡਾ ਕੁਐਸਚਨ ਫੜਨ ਦਾ ਤਰੀਕਾ ਹੈਗਾ, ਉਹਨਾਂ ਨੇ ਇੱਕੋ ਗੱਲ ਕਹੀ ਹੈ, ਉਹਨਾਂ ਨੇ ਕੋਈ ਧੰਨਵਾਦ ਵਾਲੀ ਗੱਲ ਨਹੀਂ ਕਹੀ, ਉਹਨਾਂ ਨੇ ਇਹ ਕਿਹਾ ਕਿ ਸੁਣਾ ਦੇਣਾ ਤਾਰੀ ਸਾਹਿਬ, ਨਹੀਂ ਗੁੰਮਰਾਹ ਨਾ ਕਰੋ, ਨਹੀਂ ਮੈਂ ਉਹੀ ਬੋਲੂੰਗਾ ਜੋ ਉਹਨਾਂ ਨੇ ਕਿਹਾ, ਮੈਂ ਉਹੀ ਬੋਲੂੰਗਾ ਜੋ ਉਹਨਾਂ ਨੇ ਕਿਹਾ, ਸੁਣ ਲਓ ਪਹਿਲਾਂ ਬਿਆਨ, ਸੁਣ ਲਓ ਮੈਂ ਕਹਿੰਦਾ, ਮੈਨੂੰ ਪਤਾ ਸੀ ਮੈਂ ਲਿਖ ਕੇ ਰੱਖਿਆ ਹੋਇਆ, ਮੈਨੂੰ ਪਤਾ ਸੀਗਾ ਤੁਸੀਂ ਅੱਗੇ ਕਰਨ ਲੱਗੇ, ਆ ਸੁਣ ਲਓ ਬਿਆਨ ਤਾਰੀ ਸਾਹਿਬ, ਸੁਣ ਲਓ ਪਹਿਲਾਂ, ਸੁਣ ਲਓ ਮੈਂ ਪੜਿਆ ਹੋਇਆ, ਸੁਣ ਲਓ ਤਾਰੀ ਸਾਹਿਬ, ਸੁਣ ਲਓ ਇੱਕ ਵਾਰੀ, ਜੋ ਜੇ ਕਿਸੇ ਨੇ ਕਤਲ ਕੀਤਾ 15 ਸਾਲ ਸਜ਼ਾ ਹੋਈ, 20 ਸਾਲ ਸਜ਼ਾ ਕੱਟ ਲਈ ਤਾਂ ਉਸਨੂੰ ਰਿਹਾਅ ਕਰਨਾ ਕੋਈ ਮਾੜੀ ਗੱਲ ਨਹੀਂ, ਕਾਂਗਰਸ ਦੀ ਨੀਤੀ ਰਹੀ ਹੈ ਵਿਰੋਧ ਕਰਨਾ। ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਨਾਂ ਲਗਾਤਾਰ ਲੜਾਈ ਲੜੀ ਜਦੋਂ ਮੁੱਖ ਮੰਤਰੀ ਸੀ ਉਦੋਂ ਵੀ ਅਤੇ ਹੁਣ ਵੀ, ਇਹ ਉਹਨਾਂ ਦਾ ਬਿਆਨ ਹੈ ਪੂਰਾ, ਇਨ ਬਿਨ ਬਿਆਨ ਹੈ ਇੱਕ ਸ਼ਬਦ। ਮੈਂ ਇਸ ਬਿਆਨ ਨੂੰ ਹੀ ਤੁਸੀਂ ਪੜ੍ਹ ਕੇ ਸੁਣਾਤਾ, ਮੇਰਾ ਟਾਈਮ ਖਾ ਲਿਆ, ਤੇ ਪਰ ਜੋ ਇਹ ਬਿਆਨ ਹੈ ਬੀਜੇਪੀ ਖਾ ਰਹੀ ਹੈ, ਨਹੀਂ ਨਹੀਂ ਇਹ ਬਿਆਨ ਬਿਲਕੁਲ ਸਹੀ ਹੈ। ਦੇਖੋ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੀ ਧੰਨਵਾਦ ਕਰਨਾ ਚਾਹੀਦਾ ਸੀ, ਕਿਉਂਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਦੇ ਵਿੱਚ ਇਹ ਲੜਾਈ ਲੜੀ ਤਾਂ ਉਸ 'ਤੇ ਸਦਕਾ ਹੀ ਜਿਹੜਾ ਹੈਗਾ ਇਹ ਸਾਰੀ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਜਾਂ ਕਾਲੀ ਸੂਚੀ ਵਾਲੀ ਗੱਲ ਜਾਂ ਰਾਜੋਆਣਾ ਵਾਲੀ ਗੱਲ। ਦੇਖੋ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪੀਲ ਪਾਈ ਤਾਂ ਉਹ ਵੀ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਇੱਕ ਕਲਾਸ ਹੈਗੀ ਹੈ ਜਿਹਦਾ ਸਦਕਾ ਜਿਹੜਾ ਰਾਸ਼ਟਰਪਤੀ ਕੋਲੇ ਉਸ ਅਪੀਲ ਦਾ ਕੁਝ ਬਣ ਗਿਆ? ਨਹੀਂ ਬਣਿਆ ਤਾਂ ਕੋਈ ਗੱਲ ਨਹੀਂ, ਅੱਛਾ ਠੀਕ ਹੈ, ਮੈਂ ਵਾਪਸ ਆਉਂਗਾ ਤੁਹਾਡੇ ਸਾਹਿਬ, ਗੁੱਸਾ ਨਾ ਕਰਿਆ ਤੁਸੀਂ, ਬਹੁਤ ਜਲਦੀ ਗੁੱਸਾ ਕਰਨ ਲੱਗ ਪਿਆ। ਨਹੀਂ ਨਹੀਂ ਬਿਲਕੁਲ ਨਹੀਂ ਗੁੱਸਾ ਕਰਦਾ ਮੈਂ। ਕੰਗ ਸਾਹਿਬ ਤੁਸੀਂ ਜਿਹੜੀ ਇਹ ਮੰਗ ਮੰਨੀ ਹੈਗੀ ਹੈ, ਦਰਸ਼ਕ ਜਾਣਨਾ ਚਾਹੁੰਦੇ ਹੋ, ਉਹ ਕਹਿੰਦੇ ਕਹਿਣ 'ਤੇ ਮੰਨੀ? ਮੇਰਾ ਸਵਾਲ ਸੁਣ ਲਓ ਪਹਿਲਾਂ, ਪੂਰਾ ਸਵਾਲ ਸੁਣ ਲਓ ਕੰਗ ਸਾਹਿਬ, ਕਾਹਲੀ ਨਾ ਕਰੋ, ਬਹੁਤ ਸੰਜੀਦਾ ਮੁੱਦਾ ਹੈਗਾ, ਤੁਸੀਂ ਆਪ ਹੀ ਕਹਿ ਕੇ ਹਟੇ ਹੋ। ਸ਼੍ਰੋਮਣੀ ਕਮੇਟੀ ਦੀ ਅਪੀਲ, ਸ਼੍ਰੋਮਣੀ ਅਕਾਲੀ ਦਲ ਦੀ ਅਪੀਲ, ਜਾਂ ਬਰਗਾੜੀ ਮੋਰਚੇ ਵਾਲਿਆਂ ਦੀ ਅਪੀਲ, ਜਾਂ ਸੂਰਜ ਸਿੰਘ ਖਾਲਸਾ ਹਰਾਂ ਦੀ ਅਪੀਲ, ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਉਹਨਾਂ ਦੀ ਅਪੀਲ, ਕਿਸ ਦੀ ਅਪੀਲ ਮੰਨੀ ਤੁਸੀਂ? ਮੈਂ ਇਸ ਗੱਲ ਨੂੰ, ਜਾਂ ਬਲਵੰਤ ਸਿੰਘ ਰਾਜੂਆਣਾ ਦੀ ਜਿਹੜੀ ਭੈਣ ਹੈਗੀ ਆ ਉਹਨਾਂ ਦੀ ਅਪੀਲ? ਮੈਂ ਨਾ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਵੀ ਇਸ ਗੱਲ ਨੂੰ ਹੀ ਵਧਾਉਣਾ ਸੀ ਜਿਹੜੀ ਧਾਰਨੀ ਸਾਹਿਬ ਨੇ ਗੱਲ ਕੀਤੀ। ਦੇਖੋ ਬਾਦਲ ਸਾਹਿਬ ਸਾਡੇ ਬਹੁਤ ਪੁਰਾਣੇ ਲਾਈ ਹੈ, ਉਹਨਾਂ ਦਾ ਸਨਮਾਨ ਹੈ, ਬਹੁਤ ਦੇਸ਼ ਦੇ ਉੱਘੇ ਰਾਜਨੀਤਿਕ ਹੈ, ਭਾਰਤੀ ਜਨਤਾ ਪਾਰਟੀ ਆਪਣੇ ਜਿਹੜੇ ਅਲਾਈਜ਼ ਹੈ ਉਹਨਾਂ ਦਾ ਸਨਮਾਨ ਉਹਨਾਂ ਦੀਆਂ ਭਾਵਨਾਵਾਂ ਦਾ ਕਰਦੀ ਆ ਔਰ ਕਰਦੀ ਰਹੂਗੀ। ਲੇਕਿਨ ਮੈਨੂੰ ਲੱਗਦਾ ਹੈ ਵੀ ਰਾਜੋਆਣੇ ਵਾਲੇ ਕੇਸ ਜਾਂ ਬੰਦੀ ਸਿੱਖਾਂ ਵਾਲੇ ਕੇਸ ਨੂੰ ਆਪਾਂ ਇੱਕ ਸੀਮਿਤ ਨਹੀਂ ਕਰ ਸਕਦੇ, ਇਹ ਸਾਰੇ ਪੰਜਾਬ ਨਹੀਂ ਸਾਰੇ ਦੁਨੀਆ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਜਿਹੜਾ ਇਹ ਖਿਆਲ ਰੱਖਿਆ ਗਿਆ, ਉਹਨਾਂ ਨੂੰ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਹੀ ਭਾਰਤ ਦੀ ਸਰਕਾਰ ਨੇ ਇਹ ਫੈਸਲਾ ਲਿਆ। ਤੁਸੀਂ ਜਵਾਬ ਨਹੀਂ ਦਿੱਤਾ ਮੇਰੀ ਗੱਲ, ਮੈਂ ਜਵਾਬ ਦਿੱਤਾ ਨਾ,
देखो सरकार ने मेरिट देखनी होंगी हो सकता है आने वाले टाइम ये भी कंसीडर हो लेकिन आपको वेलकम करना चाहिए जी मलहम ला रही है मोदी सरकार कांग्रेस के दिते हुए जख्मा से सानू स्वागत करना चाहिए ठीक है नील गर्ग साहब कांग्रेस का बुलारा कोई नहीं है हजे डिबेट में नहीं आ रहे बिजी है जिमनी चोणों में नील गर्ग साहब वेलकम किया जाना चाहिए इस स्टैप का देखो बिल्कुल कब यह स्वागत किया तो जाना चाहिए है क्योंकि समय की यह मंग हैगी है बहुत समय तो जोड़े इंसाफ पसंद लोग वो इस चीज़ की मंग करते हैं ईवन तुम्हें देखा होगा 2013 के गुरबख्स सिंह ने 44 दिन की जानी कि भुख हड़ताल की 2014 दिन की भुख हड़ताल की कि जेड़े वो सिंह जोड़े है जेडे अपनी सज़ा पूरी कर चुके हैं उन्होंने रिहा कर दिता जाना चाहिए कानून के यहाँ कोई प्रोविजन नहीं तुम बिना केस चलाए उन्होंने इन्ने इन्ने साल जोड़ा है तुम जेलों के डकया होया इनफैक्ट जो न्याय प्रणाली उत्ते बहुत वड्डा सवाल है क्योंकि जी सा न्याय प्रणाली है वह घट गिनती वास्ते कबायलियों वास्ते दलितों वास्ते होर है और जो है बहुत गिनती है उन्होंने वास्ते पॉइंट वजन है लेकिन क्वेश्चन इन्हें पूछ रहे थे पिछे एक लुकवां जिहड़ा एजेंडा है आरएसएस का बीजेपी का ना तो इन्होंने कोई अकाली दल की मंग मनी हैगी ना ही श्रोमणी कमेटी मंगया है यह कर रहे हैं जो है आरएसएस का एक लंबे समय का प्लान है और छुपिया एजेंडा की है पिछे तीन निशाने हैं एक निशाना तो फौरी तौर के उत्ते है हरियाणी के चोणा है क्योंकि उत्तर 10% सिखा की आबादी हैगी है दूजा निशाना उन्होंने 2022 है और सब तो इंपोर्टेंट जो निशाना उन्होंने है एसजीपीसी दिल्ली की एसजीपीसी के उत्ते गुरुद्वारा प्रबंधक कमेटी ऑलरेडी कहन लीडर हो जाने की अकाली दल का है मनजिंद्र सिंह सिरसा पर MLA बीजेपी का और जी RSS है उस MLA के थ्रू जो कि प्रधान गुरुद्वारा प्रबंधक कमेटी का वो थ्रू कब्जा कर चुकी है ठीक है तुम तीन एजेंडे दसे है माली साहब की 370 से पंजाब हुए प्रोटेस्ट विदेशों कश्मीरियों के हक में किए गए प्रदर्शन भी इस फैसले जोड़ के देखा जाना चाहिए कि नहीं चाहिए जिन्ना कुछ वापरिया जो कुछ होया जे उन्हूं तुसी बेध्यानी च रख के तकनीकी तौर पर बहस करोगे फिर मसले हल नहीं होंगे साडा इतिहास की है जी पंजाब की सरजना पंजाबी कौम की सरजना महाराजा रणजीत सिंह का राज तो 170 साल पहला 170 साल पहला तो जाओ ना जी जिहड़ियां साडियां रवायतां इतिहास के आधार पर राज चलिया उन्हूं याद किवें कीता जांदा महाराजा रणजीत सिंह दे राज दे विच किसी एक भी बंदे नूं फांसी नहीं दित्ती गई जदों मारकाट दा जमाना सी जदों राजिआं दा राज सी उहनां दे राज दे विच किसी भी धर्म स्थान नूं ढाया नहीं गया सारे धर्म स्थानां नूं ग्रांटां दित्तियां गईआं उसे प्रसंग दे विच जदों साडा सियासी प्रवचन आ ना जी उह साडा 1849 तों शुरू हुंदा असीं सिरजदा 1947 तों सो इस करके बेअसूली पहुँचा इस मामले बारे सारिया पार्टियां की असूली पहुँच की है जी असूली पहुँच यह आ भी एक लड़ाई लड़ी तुसी सहमत होवो ना सहमत होवो वक्री गल आ उहदे प्रति एक पहुँच की गल आ जदों उहनूं तुसी लड़ाई नूं सैटल करना तां उहदे प्रति एक प्रिंसीपल पहुँच अपनाओ ना जी तुसी बाकी जिहड़े तुहाडे फिट आउंदे आ उहनूं तां उहनां वेले ते रिहा करता किन्ने केस वापस लै ले ते इह बंदे उहो ने जिन्हां नाल दे हज़ारां बंदे झूठे मुकाबले च फड़ फड़ मारे ने ये चश्मदीद गवाह ने जेडे सिख कैदी ने जा तुसी पोलिटिकल पोजिशन लो ना जी भी असी जेडे बंदिया ने उम्र कैद भुगत ली असी उन्होंने रिहा कर रहे हैं तुसी गिण गिण टिक्के क्यों कट रहे हो जी तुसी असूली पोजिशन लो जेडे भी इहदे हक च ने भी असी फांसी की सज़ा के खिलाफ हाँ अकाली दल दी मंग रही है साडा इतिहास यह रहा उहदे विचों राजे आणा कातल आ जा ना हैगा एक क्वेश्चन उठ जांदा जे अज राजीव गांधी दे हत्यारिआं नूं उहदी बेटी जाके मिलती है तो उन्होंने माफ करने की गल कर दी है जी ये कोई मीनिंग नहीं जे अपना वो मारिया गया सी अवंतिका जी कुड़ी आ उन्होंने नाम नहीं मेरे याद आ रहा उन्होंने बेटी दिल्ली के मारी सी जेडे ललित माकन जे वह जाती है कोर्ट के रणजीत सिंह कुक्की कांग्रेस सरकार वाले वह रिहा करवाई है जिन्हों उम्र कैद की सज़ा हुई हुई सी तुसी असूली पोजिशन लैण की थान ना जी ਤੁਸੀਂ ਦੇਖ ਦੇਖ ਜਦੋਂ ਟਿੱਕੇ ਕੱਢੋਗੇ ਤਾਂ ਤੁਹਾਡੀ ਮੌਕਾ ਪ੍ਰਸਤ ਪਹੁੰਚ ਚੰਗੀ ਆਊ ਕਿਸੇ ਨੂੰ ਲੱਗੂ ਰਾਜਿਆਣਾ ਇਹ ਆ ਜੀ ਜੇ ਰਾਜਿਆਣਾ ਇਹ ਆ ਤਾਂ ਦਰਬਾਰ ਕਿਹਾ ਨਾ ਧਾਰਨੀ ਸਾਹਿਬ ਨੇ ਸ਼੍ਰੋਮਣੀ ਕਮੇਟੀ ਵੀ ਅਕਾਲੀ ਦਲ ਦੀ ਕਲਾਸ ਆ ਮਤਲਬ ਚਿੱਤ ਤਾਂ ਇਹ ਆ ਨਾ ਅਸਲੀਅਤ ਇਹ ਆ
ਕਹਿਣਗੇ ਇਹ ਵੀ ਸਾਡਾ ਉਹ ਚ ਕੋਈ ਦਖਲ ਨਹੀਂ, ਉਹ ਤਾਂ ਸਮੁੱਚਾ ਸਿੱਖ ਜਗਤ ਦੀ ਨੁਮਾਇੰਦਾ। ਜਦੋਂ ਪ੍ਰੈਕਟੀਕਲੀ ਗੱਲ ਆਉਂਦੀ ਆ, ਇਹ ਤੁਸੀਂ ਅਲੱਗ ਮਤਲਬ ਕੱਢ ਰਹੇ ਹੋ। ਚਲੋ ਹਾਂ, ਮੇਰਾ ਜੋ ਤੁਸੀਂ ਕਿਹਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਕਲਾਸ ਹੈ, ਫਿਰ ਤੁਸੀਂ ਅਸੂਲੀ ਪਹੁੰਚ ਬਣਾਉਣਾ ਜੀ। ਤੁਸੀਂ ਇਹ ਕਹੋ ਸਾਰਿਆਂ ਦੀ ਇਹ ਹੋਣੀ ਚਾਹੀਦੀ ਆ, ਜਦੋਂ ਤੁਸੀਂ ਅਸੂਲ ਤੇ ਛਿੜਕ ਕੇ ਗੱਲ ਕਰੋਗੇ ਫਿਰ ਤੁਹਾਡੀ ਉਹ ਮੌਕਾ ਪ੍ਰਸਤੀ ਪਹੁੰਚ ਹੋਊਗੀ। ਤੁਸੀਂ 70,000 ਪਾਕਿਸਤਾਨੀ ਕੈਦੀ ਆ ਜਿਹੜੇ ਲੜੇ ਨੇ, ਜਿਹਨਾਂ ਨੇ ਮਾਰਿਆ, ਉਹਨਾਂ ਨੂੰ ਤੁਸੀਂ ਰਿਹਾਅ ਕਰਦੇ ਹੋ। ਤੁਹਾਡੇ ਦੇਸ਼ ਦੇ ਵਿੱਚ ਇੱਕ ਵਿਰੋਧ ਉੱਠਿਆ, ਸਹਿਮਤ ਹੋਵੋ ਨਾ ਹੋਵੋ, ਉਹਦੇ ਪ੍ਰਤੀ ਉਹ ਹਿਊਮੈਨਿਟੇਰੀਅਨ ਜਾਂ ਕਾਨੂੰਨੀ ਪਹੁੰਚ ਆ ਜਿਹੜੀ ਕਿਉਂ ਨਹੀਂ ਅਪਣਾਈ ਜਾਣੀ ਚਾਹੀਦੀ ਜੀ। ਇੱਕ ਸਵਾਲ ਦਾ ਜਵਾਬ ਮਾਲੀ ਸਾਹਿਬ ਫਟਾਫਟ, ਇਹ ਕਹਿ ਰਹੇ ਕਿ ਸਿੱਖਾਂ ਦੇ ਮਾਮਲਿਆਂ ਵਿੱਚ ਕਾਨੂੰਨ ਵੱਖਰਾ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਦੇਖੋ, ਸਿੱਖਾਂ ਨਾਲ ਵਿਤਕਰਾ ਹਰ ਥਾਂ 'ਤੇ, ਤੁਸੀਂ ਮੇਰੀ ਗੱਲ ਸੁਣੋ ਜੀ, ਅਤੇ ਜਿਹੜੇ ਹਿੰਦੂ ਧਰਮ ਨਾਲ ਸੰਬੰਧ ਸੀ ਜਿਹਨੂੰ ਕਦੇ ਭਾਗਵਾਂ ਬ੍ਰਿਗੇਡ ਕਿਹਾ ਗਿਆ ਸੀ, ਉਹ ਅੱਜ ਸਾਰੇ ਐਮਪੀ ਬਣ ਰਹੇ, ਐਮਪੀ ਬਣ ਗਿਆ, ਜਿਵੇਂ ਉਹਨਾਂ ਦੇ ਸਾਰੇ ਕੇਸ ਵਾਪਸ ਹੋ ਰਹੇ ਨੇ ਜੀ। ਤੁਸੀਂ ਏਜੰਸੀ ਨਹੀਂ ਪੇਸ਼ ਕਰ ਰਹੀਆਂ ਗਵਾਹੀਆਂ। ਚਲੋ ਠੀਕ ਹੈ, ਮੈਂ ਇਸ ਕਰਕੇ ਨਾ ਜੀ, ਇਸ ਗੱਲ ਮੈਂ ਤਾਂ ਕਹਿੰਦਾ ਜੀ, ਸਿੱਖਾਂ ਪ੍ਰਤੀ ਵੱਖਰਾ, ਤੁਸੀਂ ਮੈਨੂੰ ਇਹ ਦੱਸੋ, ਸਿਰਫ ਇੱਕ ਮਿੰਟ, ਅੱਜ ਤੱਕ ਜੋ ਸਿੱਖਾਂ ਨਾਲ ਹੋਇਆ ਉਹਦੇ ਪ੍ਰਤੀ ਅਕਾਲੀ ਦਲ ਦੀ, ਦੂਜੀ ਸਰਕਾਰ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਪਹੁੰਚ ਆ ਜਿਹੜੀ ਦੂਜਿਆਂ ਨਾਲ ਵੱਖਰੀ ਕਿਵੇਂ ਆ? ਅੱਤਵਾਦੀ ਤੁਸੀਂ ਉਹਨਾਂ ਨੂੰ ਕਹਿੰਦੇ ਹੋ, ਹੁਣ ਤਾਂ ਅਕਾਲੀ ਵੀ ਕਹਿਣ ਲੱਗ ਗਏ ਵੀ ਦੇਸ਼ ਦੇ ਦੁਸ਼ਮਣਾਂ ਦੀ ਸਾਜ਼ਿਸ਼ ਸੀ ਇਹ। ਜੇ ਅੱਜ ਮਲਵਿੰਦਰ ਸਿੰਘ ਕੰਗ ਕਹਿੰਦੇ ਨੇ ਜ਼ਖਮਾਂ 'ਤੇ ਮੱਲਮ ਲਾਉਣੀ ਆ, ਜਦੋਂ ਜ਼ਖਮ ਹੋਏ ਨੇ ਤੁਸੀਂ ਕੰਨਾ ਬਿੰਦੀ ਕਾਂਗਰਸ ਨਾਲ ਸਹਿਮਤ ਸੀ, ਅਤੇ ਤੁਸੀਂ ਇਹ ਕਹਿੰਦੇ ਸੀ ਨਰਮੀ ਵਰਤ ਰਹੇ ਹੋ, ਕਿਤਾਬਾਂ ਪੜ੍ਹੋ ਤੁਸੀਂ ਐਲ ਕੇ ਅਡਵਾਨੀ ਨੇ ਕੀ ਕਿਹਾ। ਛੋਟਾ ਬ੍ਰੇਕ ਲੈਣਾ ਮਾਲੀ ਸਾਹਿਬ, ਮੈਂ ਆ ਰਿਹਾ, ਗਰਗ ਸਾਹਿਬ ਆ ਰਿਹਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਇਹ ਵੀ ਹੈਗਾ, ਰਵਨੀਤ ਬਿੱਟੂ ਨੇ ਜਿਹੜੇ ਚੁੱਕੇ ਹੈ ਕਿ ਉਹ ਕਹਿੰਦੇ ਕਿ ਅੱਤਵਾਦ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਦਾ ਦੋਖਲਾ ਸ਼ੇਰ ਹੈ, ਕਿ ਇਸ 'ਤੇ ਵੀ ਸਵਾਲ ਪੁੱਛਣਾ ਲਾਜ਼ਮੀ ਬਣਦਾ। ਇੱਕ ਉਹਨਾਂ ਨੇ ਇਹ ਵੀ ਗੱਲ ਕੀ ਹੈ ਕਿ ਜਿਵੇਂ ਬਾਹਰ ਗਰਮ ਖਿਆਲੀ ਬਾਹਰ ਪੈਸੇ ਵਾਲੇ ਲੋਕ ਨੇ, ਉਹਨਾਂ ਨੂੰ ਕਿਸ ਤਰੀਕੇ ਖੁਸ਼ ਕੀਤਾ ਜਾਵੇ, ਆਮ ਆਦਮੀ ਪਾਰਟੀ ਉਹਨਾਂ ਦੇ ਟਰੈਪ ਵਿੱਚ ਆ ਗਈ ਸੀ। ਇਹ ਬਹੁਤ ਮਹੱਤਵਪੂਰਨ ਗੱਲ ਹੈਗੀ ਪੰਜਾਬ ਦੀ ਸਿਆਸਤ ਨੂੰ, ਜੇ ਸਮੇਂ ਨਾ ਹੋਵੇ ਬ੍ਰੇਕ ਤੋਂ ਵਾਪਸ ਆ ਕੇ ਬਿੱਟੂ ਦੇ ਸਵਾਲ ਵੀ ਹੋਣਗੇ ਜ਼ਰੂਰ। ਸਵਾਲ ਇੱਕ ਪੁੱਛ ਰਿਹਾ ਸੀ ਕਿ ਸਿੱਖਾਂ ਨਾਲ ਜੁੜੇ ਕੇਂਦਰ ਦੇ ਫੈਸਲੇ ਭਾਜਪਾ ਦੇ ਮਿਸ਼ਨ ਪੰਜਾਬ 2022 ਦਾ ਪਲਾਨ ਹੈ। ਨਿਰਗਲ ਸਾਹਿਬ, ਵੈਸੇ ਸਵਾਲ ਤਾਂ ਮੈਂ ਬ੍ਰੇਕ ਤੋਂ ਪਹਿਲਾਂ ਹੀ ਦੱਸ ਗਿਆ ਸੀਗਾ, ਪਰ ਸਵਾਲ ਤੁਹਾਨੂੰ ਇਹ ਪੁੱਛਣਾ ਬਣਦਾ ਕਿ ਭਾਰਤੀ ਜਨਤਾ ਪਾਰਟੀ ਦਾ ਅੱਤਵਾਦ ਦੇ ਮੁੱਦੇ 'ਤੇ ਦੋਗਲਾ ਚਿਹਰਾ, ਰਵਨੀਤ ਬਿੱਟੂ ਇਹ ਗੱਲ ਕਹਿ ਰਹੇ। ਦੇਖੋ, ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਇਹਦਾ ਦੋਗਲਾ ਨਹੀਂ ਤੀਗਲਾ ਚਿਹਰਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹਨਾਂ ਦੇ ਆਪਣੇ ਇੱਕ ਜਿਹੜੀ ਲੁਕਿਆ ਹੋਇਆ ਏਜੰਡਾ ਹੈਗਾ, ਇਹਨਾਂ ਨੇ ਆਪਣੇ ਏਜੰਡੇ ਦੇ ਉੱਤੇ ਕੰਮ ਕਰਨਾ ਔਰ ਲਗਾਤਾਰ ਉਸ ਦੇ ਉੱਤੇ ਕੰਮ ਕਰ ਰਹੀ ਹੈ। ਅਸੀਂ ਜਿਹੜੇ ਪਿਛਲੇ ਕੁਝ ਘਟਨਾਵਾਂ ਨੂੰ ਜਦੋਂ ਲਗਾਤਾਰ ਅਸੀਂ ਦੇਖਦੇ ਹਾਂ, ਅਖਬਾਰ ਪੜ੍ਹਦੇ ਹਾਂ, ਮੀਡੀਆ ਦੇ ਵਿੱਚ ਦੇਖਦੇ ਹਾਂ, ਹੁਣ ਕੱਲ੍ਹ ਪਰਸੋਂ ਇੱਕ ਨਿਊਜ਼ ਪੇਪਰ ਦੇ ਵਿੱਚ ਆਇਆ ਸੀ ਕਿ 50 ਸਿੱਖਾਂ ਯਾਨੀ ਕਿ ਸਿੱਖ ਜਿਹੜੇ ਚਿਹਰੇ ਆ ਉਹਨਾਂ ਦੇ ਉੱਤੇ ਬੀਜੇਪੀ ਦੀ ਜਿਹੜੀ ਹੈਗੀ ਹੈ ਉਹ ਪੂਰੀ ਨਜ਼ਰ ਟਕਾਈ ਹੋਈ ਹੈ। ਤੁਸੀਂ ਦੇਖੋ, ਜਿਹੜਾ ਹੁਣ ਇਹਨਾਂ ਨੇ ਹਰਿਆਣੇ ਦੇ ਵਿੱਚ ਅਕਾਲੀ ਦਲ ਦੇ ਚੁੰਡੀ ਵੱਢੀ, ਉਹ ਇੱਕ ਬੇਸਿਕਲੀ ਇੰਡੀਕੇਟਰ ਸੀ, ਕਿਉਂਕਿ ਕਿਸੇ ਵਕਤ ਜਿਹੜਾ ਹੈਗਾ SGPC ਦੇ ਉੱਤੇ ਜਿਹੜਾ ਬਹੁਤ ਜਲਦੀ ਅਕਾਲੀ ਦਲ ਤੇ ਆ ਗਏ। ਮੈਂ ਤਾਂ ਸਿੰਪਲ ਜਿਹਾ ਸਵਾਲ ਕੀਤਾ, ਨਹੀਂ ਮੈਂ ਬੀਜੇਪੀ ਦਾ ਸਵਾਲ ਕੀਤਾ ਤੁਹਾਨੂੰ, ਫਿਰ ਇਦਾਂ ਕਰੋ ਜੀ, ਤੁਸੀਂ ਆਪ ਹੀ ਜਵਾਬ ਦੇ ਦਿਓ। ਨਹੀਂ ਨਹੀਂ, ਮੈਂ ਦੂਸਰਾ ਸਵਾਲ ਵੀ ਨਾਲ ਰੱਖਿਆ ਨਾ ਤੁਹਾਡੇ ਲਈ, ਮੈਂ ਬ੍ਰੇਕ ਤੋਂ ਪਹਿਲੇ ਤੁਹਾਨੂੰ ਦੱਸ ਗਿਆ ਸੀ, ਤੁਸੀਂ ਤਿਆਰੀ ਕਰ ਲਿਓ। ਬੋਲ ਲੈਂਦੇ ਹੋ ਸਰ, ਰਵਨੀਤ ਬਿੱਟੂ ਨੇ ਇਹ ਗੱਲ ਕਹੀ ਹੈਗੀ ਯਾਰ, ਮੈਂ ਤਾਂ ਸਵਾਲ ਤੱਕ ਸੀਮਤ ਰਹੋ ਨਾ ਗਰਗ ਸਾਹਿਬ, ਤੁਸੀਂ ਅੱਗੇ ਗੱਲ ਕਹਿ ਲਿਓ, ਮੈਨੂੰ ਪਤਾ ਤੁਹਾਡਾ ਨਿਸ਼ਾਨਾ ਹੈਗਾ ਉਹ। ਜਿਵੇਂ ਆਮ ਆਦਮੀ ਪਾਰਟੀ ਉਹਨਾਂ ਦੇ ਟਰੈਪ ਵਿੱਚ ਆ ਗਈ ਸੀ, ਉਸੇ ਤਰੀਕੇ ਨਾਲ ਏਜੰਸੀਆਂ ਰਾਹੀਂ ਮੋਦੀ ਅਤੇ ਬੀਜੇਪੀ ਅੱਗ ਨਾਲ ਖੇਡਣਾ ਚਾਹੁੰਦੀ ਹੈ, ਰਵਨੀਤ ਬਿੱਟੂ ਨੇ ਇਹ ਵੀ ਗੱਲ ਕਹੀ ਹੈ, ਨਾਲ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ। ਦੇਖੋ, ਇਸ ਦੇ ਨਾਲ ਅਸੀਂ ਇਤਫਾਕ ਨਹੀਂ ਰੱਖਦੇ ਕਿ ਅਸੀਂ ਕਿਸੇ ਟਰੈਪ ਦੇ ਵਿੱਚ ਆ ਗਏ ਸੀ। ਤੁਸੀਂ ਦੱਸੋ, ਜੇ ਕਿ ਇਨਸਾਫ ਪਸੰਦੀ ਦੀ ਗੱਲ ਕਰਨੀ, ਉਹਨਾਂ ਦੇ ਟਰੈਪ 'ਚ ਆਉਣ ਦੀ ਗੱਲ, ਟਰੈਪ 'ਚ ਆਉਣਾ ਹੈਗਾ, ਤਾਂ ਅਸੀਂ ਤਾਂ ਇਨਸਾਫ ਪਸੰਦੀ ਦੀ ਗੱਲ ਕਰਾਂਗੇ। ਜਦੋਂ ਅਸੀਂ ਯਾਨੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਇੱਕ ਬੰਦਾ ਕਾਨੂੰਨ ਦੇ ਮੁਤਾਬਕ, ਸਾਡੇ ਕਾਨੂੰਨ ਦੇ ਮੁਤਾਬਕ 20 ਸਾਲ, 25 ਸਾਲ, 30 ਸਾਲ ਜਿੰਨੀ ਵੀ ਯਾਨੀ ਕਿ ਸਜ਼ਾ ਹੈਗੀ ਉਹ ਭੁਗਤ ਚੁੱਕਿਆ ਹੈਗਾ, ਤੇ ਉਹਨੂੰ ਕਿਉਂ ਨਾ ਛੱਡਿਆ ਜਾਵੇ? ਮਤਲਬ ਉਹਨੇ ਹੋਰ ਇਸ ਤੋਂ ਵੱਡਾ ਕੀ ਗੁਨਾਹ ਕਰ ਦਿੱਤਾ ਹੈਗਾ? ਇਹ ਤੁਹਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਪੂਰੇ ਪੰਜਾਬ ਵੈਲਕਮ ਕਰ ਰਹੀ ਹੈ? ਪੂਰਾ ਬਿਲਕੁਲ ਪੂਰੇ ਆਮ ਆਦਮੀ ਕੇਜਰੀਵਾਲ ਸਾਹਿਬ ਵੈਲਕਮ ਕਰ ਰਹੇ। ਗੱਲ ਤੋਂ ਸੁਣੋ ਸਰ, ਨਾ ਅਸੀਂ ਜਿਹੜੇ ਮੈਨੂੰ ਫਿਰ ਉਹ ਗੱਲ ਕਹਿ ਰਹੇ, ਇੱਕ ਸੰਵਿਧਾਨ ਦੀ ਜਿਹੜੀ ਹੈਗੀ ਹੈ, ਜਿਹੜਾ ਸੰਵਿਧਾਨ ਬਣਿਆ, ਉਸ ਨੂੰ ਆਪਣੇ ਤੋੜ ਮਰੋੜ ਕੇ ਆਪਣੇ ਸਿਆਸੀ ਹਿੱਤਾਂ ਲਈ ਨਹੀਂ ਵਰਤਣਾ ਚਾਹੀਦਾ, ਉਸ ਦੀ ਜਿਹੜੀ ਕਿ ਰੀਅਲ ਸੈਂਸ ਦੇ ਵਿੱਚ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈਗਾ। ਅਸੀਂ ਇਸ ਕਰਕੇ ਇਹਦਾ ਸਵਾਗਤ ਕਰ ਰਹੇ ਹਾਂ ਕਿ ਇਹ ਉਹ ਕੈਦੀ ਨੇ ਜਿਹੜੇ ਆਲਰੇਡੀ ਯਾਨੀ ਕਿ ਜਿੰਨੀ ਉਹਨਾਂ ਦੀ ਸਜ਼ਾ ਬਣਦੀ ਸੀ ਉਸ ਤੋਂ ਕਿਤੇ ਜ਼ਿਆਦਾ ਇਹ ਸਜ਼ਾ ਆਲਰੇਡੀ ਭੁਗਤ ਚੁੱਕੀ ਹੈ। ਕੇਜਰੀਵਾਲ ਸਾਹਿਬ ਵੀ ਵੈਲਕਮ ਕਰਦੇ ਜਾਂ ਨਹੀਂ ਕਰਦੇ? ਆਮ ਆਦਮੀ ਪਾਰਟੀ 'ਚ ਮੈਂ ਇੱਥੇ ਆਮ ਆਦਮੀ ਪਾਰਟੀ ਦਾ ਨੁਮਾਇੰਦੇ ਦੇ ਤੌਰ 'ਤੇ ਬੋਲ ਰਿਹਾ, ਤੇ ਜਦੋਂ ਮੈਂ ਆਮ ਆਦਮੀ ਪਾਰਟੀ ਦਾ ਆਫੀਸ਼ੀਅਲ ਨੁਮਾਇੰਦਾ ਇਹ ਗੱਲ ਕਹਿ ਰਿਹਾ, ਤੇ ਮਤਲਬ ਆਮ ਆਦਮੀ ਪਾਰਟੀ ਸਵਾਗਤ ਕਰਦੀ ਹੈ ਇਸ ਚੀਜ਼ ਦਾ? ਠੀਕ ਹੈ, ਧਾਰਨੀ ਸਾਹਿਬ, ਤੇ ਮੈਨੂੰ ਗੱਲ ਜਿਹੜੀ ਤੁਸੀਂ ਮੇਰੀ ਵਿੱਚ ਗੱਲ ਪੂਰੀ ਨਹੀਂ ਕਰਨ ਦਿੱਤੀ, ਗੱਲ ਕੀ ਹੈਗੀ ਹੈ ਵੀ ਜਿਹੜਾ ਹੁਣ ਅਕਾਲੀ ਦਲ ਹੈ, ਅਕਾਲੀ ਦਲ ਕੋਲ ਬੇਸਿਕਲੀ ਬਹੁਤੀ ਆਪਸ਼ਨ ਹੈ ਨਹੀਂ। ਜਦੋਂ
क्योंकि यह बीजेपी का इतिहास हैगा पिछले 50 साल के जो भी इन्हों का विरोधी हैगा चाहे वह मायावती से या होर से यू सीबीआई के थ्रू डरा लेंगे और अकाली दल के ऐसे बहुत सारे केस है हो सकता है जानी कि इन्हों के पिछले सीबीआई ना ला दे इस करके इदा स्टैंड अकाली दल लै भी नहीं सकता। दो चीज़ें मैंने समझ नहीं आ रही साहब, एक पास तुम वैलकम करते पे इस स्टैप का, दूजे पास कह रहे हो बीजेपी सियासत खेलती पी है। मेरा सवाल हैगा तुम इस पोलीटल स्टैप का वैलकम करते पे बीजेपी जो गेम खेलती पी है आम आदमी पार्टी उस फायदा हो जाए। सर दो चीज़ा ने तुम आप कन्फ्यूज हो, एक जो स्टैप है कानून के मुताबिक कार्रवाई होनी चाहिए साल बंद रखे वेलकम स्वागत है बहुत सारे पहले पॉलिटिक्स की है बीजेपी ने सही फैसला किया एक पास क्यों क्यों नहीं खड़ते पे दोगला चीज फैसला है पिछली टनियोर च क्यों नहीं हो गया हूं हरियाणा देखो के पी जी भारतीय जनता पार्टी और सरकार एहसास है ये सिख कौम है जिहड़ी देश की आजादी लिए सब तो वध शहीदियां दिंदी है ये सिख कौम है जिहड़ी देश दियां बाहवां दा काम करके बॉर्डर ते लड़दी आ यही सिख कौम है जिहड़ी कांग्रेस दियां ज्यादतियां दा उन्होंने सहन कीतियां पिछले 70 सालां च और उस ज्यादतियां दे खिलाफ मलम लाने का काम साड़ी पार्टी कर रही है साड़ी सरकार कर रही है हुण कदी नील गर्ग साहब वाले एक पासे हो जांदे कदी दूजे पासे अपना स्टैंड नहीं क्लीयर कर पाउणे। देखो इस कोई दो राय नहीं आपां सारे मानदे हां वी सिखां नाल जातियां होईआं सिखां नाल 84 वेले भी होईआं करतारपुर साहब दे लांघे दी गल जिहड़ी अज अज हुण पोलीटिकल जोड़न लग गए 2002 तो 7 तक कांग्रेस की सरकार रही पंजाब च मनमोहन सिंह साहब जिहड़े मुख प्रधानमंत्री सी सिख सीगे 2004 तो लैके 14 तक क्या उदों नहीं करतारपुर साहब का लांघा खुल सकता सी क्या उदो ये जिहड़ियां बंदी सिंघां दीआं रहाइयां नहीं हो सकदियां सी नहीं लेकिन कांग्रेस का जिहड़ा रवैया जिहड़ा बिट्टू साहब बयान दे रहे आ बिट्टू साहब दे जिहड़े दादा जी सी बेअंत सिंह उन्हां दीआं ज्यादतियां दे खिलाफ ये जिहड़ा एजीटेशन ये रेवोल्यूशन मैं इहनूं कहूंगा पंजाब दे नौजवानां ने जिहड़ा गलत राह ते गए सी उन्हां दे सताए होए सी उह सताए होयां दीआं उन्हां दे परिवारां दीआं सिख कौम दीआं भावनावां नूं अज दी मोदी सरकार समझदी आ और उत्ते मलम लाउण दा काम कर रही आ सिखां दी करतारपुर साहब लांघे दा क्रेडिट ना लो कैबिनेट दा फैसला क्रेडिट भी लै रहे हां तुसीं कह रहे हो कि हुण फैसला होया ਤੁਸੀਂ ਇਹ ਗੌਰ ਕਰੋ ਨਾ ਵੀ ਪਹਿਲ ਉਹਨਾਂ ਨੇ ਕੀਤੀ ਉਦੋਂ ਬਾਅਦ ਸਭ ਕਰਨਾ ਪੈ ਰਿਹਾ ਕਾਂਗਰਸ ਵਾਲੇ ਕਹਿੰਦੇ ਵੀ ਅਸੀਂ ਤਾਂ 40 ਸਾਲਾਂ ਤੋਂ ਪਹਿਲ ਕਰ ਰਹੇ 71 ਤੋਂ ਕਰ ਰਹੇ ਹਾਂ ਲੇਕਿਨ ਸਿਰੇ ਚਾੜੀ ਆ ਗੱਲ ਕਿ ਹੁਣ ਬਲੈਕ ਲਿਸਟ ਜਿਹੜੀ ਖਤਮ ਕੀਤੀ ਆ ਆ ਬੰਦੀ ਸਿੰਘਾਂ ਦੀ ਰਿਹਾਈ ਹੋ ਰਹੀ ਆ ਜਿਹੜੀ ਇਹ ਗਰਗ ਸਾਹਿਬ ਕਹਿ ਰਹੇ ਨੇ ਪਿਛਲੇ 5 ਸਾਲਾਂ 'ਚ ਨਹੀਂ ਹੋਇਆ ਅਗਲੇ 5 ਸਾਲਾਂ 'ਚ ਵੀ ਬਹੁਤ ਕੁਛ ਹੋਣਾ ਉਸ ਤੋਂ ਅਗਲੇ 5 ਸਾਲਾਂ 'ਚ ਬਹੁਤ ਕੁਛ ਹੋਣਾ ਤੁਹਾਡਾ ਨੰਬਰ ਨਹੀਂ ਹੋਣਾ ਲੋਕਾਂ ਵਾਸਤੇ ਇਸ ਦੇਸ਼ ਦੇ ਹਰੇਕ ਜਿਹੜਾ ਸੰਵਿਧਾਨ ਨੂੰ ਮੰਨਦਾ ਪੀਸਫੁਲ ਤਰੀਕੇ ਨਾਲ ਇਸ ਦੇਸ਼ ਦਾ ਵਾਸੀ ਆ ਦੇਸ਼ ਦੀ ਮੇਨ ਸਟ੍ਰੀਮ ਚ ਭਾਗ ਲੈਂਦਾ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਸਰਕਾਰ ਹਮੇਸ਼ਾ ਵੈਲਫੇਅਰ ਦਾ ਕੰਮ ਕਰੂਗੀ। ਇਹ ਜਵਾਬ ਚਾਹੀਦਾ ਸੀਗਾ ਤਾਰਨੀ ਸਾਹਿਬ। ਹਾਂਜੀ ਸਵਾਲ ਵਾਰ-ਵਾਰ ਇੱਕੋ ਹੀ ਆ ਰਿਹਾ ਕਿ ਬੀਜੇਪੀ ਪੰਜਾਬ ਦੇ ਵਿੱਚ 2022 ਦਾ ਪਲਾਨ ਦੇਖਦੀ ਪਈ ਹੈ ਕੀ ਹੈ 2022 ਦਾ ਪਲਾਨ ਬੀਜੇਪੀ ਨੂੰ ਦੇਖਣਾ ਚਾਹੀਦਾ ਕਿ ਨਹੀਂ ਚਾਹੀਦਾ ਤਾਰਨੀ ਸਾਹਿਬ? ਦੇਖੋ ਇਹ ਤਾਂ ਤੁਹਾਡਾ ਕੁਐਸਚਨ ਹੈ ਮੈਂ ਇਹ ਸਮਝਦਾ ਹੈਗਾ। ਦੇਖੋ ਅੱਜ ਤੱਕ ਦਾ ਜਿਹੜਾ ਪਿਛਲਾ ਇਤਿਹਾਸ ਹੈਗਾ ਜਦੋਂ ਤੇ ਜਨਸੰਘ ਦੀ ਗੱਲ ਕਰ ਲਈਏ ਆਪਾਂ ਉਸ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦਾ ਜਿਹੜਾ 9 ਮਾਸ ਦਾ ਰਿਸ਼ਤਾ ਰਿਹਾ ਔਰ ਅੱਗੇ ਵੀ ਉਸ ਤਰ੍ਹਾਂ ਹੀ ਚੱਲੂਗਾ। ਜਿਹੜੀ ਗੱਲ ਤੁਹਾਡਾ ਨੈਕਸਟ ਕੁਐਸਚਨ ਇਸ 'ਤੇ ਆਉਣਾ ਕਿ ਹਰਿਆਣੇ ਦੀ ਗੱਲ ਕਰੋਗੇ ਤੁਸੀਂ ਤੇ ਹਰਿਆਣੇ ਦੇ ਵਿੱਚ ਪਹਿਲਾਂ ਵੀ ਕਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਬੀਜੇਪੀ ਦੇ ਨਾਲ ਲੜ ਕੇ ਮੈਂ ਤਾਂ ਕੀਤੇ ਨਹੀਂ ਸੀ ਤੁਸੀਂ ਕਰਨਾ ਸੀ ਨਾ ਕਰਨਾ ਮੈਂ ਕਿਉਂ ਕਰੂੰਗਾ ਮੈਂ ਇੱਕ ਸਿੰਪਲ ਜਿਹਾ ਸਵਾਲ ਕੀਤਾ ਉਹਦਾ ਜਵਾਬ ਦੇ ਦਿਓ ਤਾਰਨ ਸਾਹਿਬ ਮੇਰੀ ਸੁਣੋ ਗੱਲ ਤਾਰਨ ਸਾਹਿਬ ਸਵਾਲ ਲੈ ਲਿਆ ਕਰੋ ਇਦਾਂ ਨਾ ਕਰਿਆ ਕਰੋ ਨਾ ਤੁਸੀਂ ਕਹਿੰਦੇ ਕਰੋ ਸਵਾਲ ਨਾ ਕਰੋ ਬੋਲੋ 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 ਮੈਂ ਪੁੱਛਿਆ ਸੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ 2022 ਦਾ ਪਲਾਨ ਹੈ ਬਿਲਕੁਲ ਨਹੀਂ ਹੈਗਾ ਕੋਈ ਅਸੀਂ ਗੱਲ ਨਹੀਂ ਹੈਗੀ ਕਿਉਂ ਨਹੀਂ ਪਲਾਨ ਕਰ ਸਕਦੇ ਤੁਹਾਡੇ ਨਾਲ ਹੀ ਰਲ ਕੇ ਲੜਨਾ ਉਹਨਾਂ ਨੇ ਨਹੀਂ ਫਿਰ ਦੇਖੋ ਰਲ ਕੇ ਲੜਨਾ ਪਲਾਨ ਨਹੀਂ ਕਰ ਸਕਦੇ ਉਹ ਦੇਖੋ ਇੱਕ ਗੱਲ ਕਿ ਅਲੱਗ ਅਲੱਗ ਨਹੀਂ ਨਹੀਂ ਹਮੇਸ਼ਾ ਜਿਹੜਾ ਹੈਗਾ ਇਹ ਆਪਾਂ ਫੋਰਕਾਸਟ ਨਹੀਂ ਕਿਸੇ ਚੀਜ਼ ਨੂੰ ਕਰ ਸਕਦੇ ਠੀਕ ਹੈ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ 2022 ਲਈ ਹਾਲੇ 3 ਸਾਲ ਪਏ ਹੈਗੇ ਆ 3 ਸਾਲ ਪਹਿਲਾਂ ਆਪਾਂ ਜੇ ਗੱਲਾਂ ਕਰਨੀਆਂ ਹਾਲੇ ਬਹੁਤ ਸਾਰੇ ਪਤਾ ਨਹੀਂ ਕਿ ਮੈਂ ਤੋੜ ਛੋੜੇ ਦੀ ਗੱਲ ਹੀ ਨਹੀਂ ਕਰ ਰਿਹਾ ਤਾਰੀ ਸਾਹਿਬ ਤੁਸੀਂ ਮੇਰੇ ਸਵਾਲ ਨੂੰ ਹੀ ਉਲਟ ਲੈ ਰਹੇ ਹੋ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਬੀਜੇਪੀ ਦਾ ਪਲਾਨ ਹੈਗਾ ਪੰਜਾਬ 2022 ਦਾ ਨਹੀਂ ਉਹ ਤੁਸੀਂ ਕਹਿ ਰਹੇ ਹੋ ਨਾ ਬੀਜੇਪੀ ਨੇ ਤਾਂ ਕੋਈ ਪਲਾਨ ਨਹੀਂ ਕਰਿਆ ਤੁਸੀਂ ਖਾਰਜ ਕਰ ਦੋ ਨਾ ਬੀਜੇਪੀ ਨੇ ਕੋਈ ਪਲਾਨ ਨਹੀਂ ਕਰਿਆ ਹਾਲੇ ਤੱਕ ਕਾਂਗ ਸਾਹਿਬ ਤੁਹਾਡਾ ਪਲਾਨ ਹੈ ਕਾਂਗ ਸਾਹਿਬ ਪੰਜਾਬ 2022 ਦਾ ਪਲਾਨ ਹੈਗਾ ਤੁਹਾਡਾ ਦੇਖੋ ਅਸੀਂ ਪੋਲੀਟੀਕਲ ਆਰਗੇਨਾਈਜੇਸ਼ਨ ਹੈ
ਪਾਰਟੀਆਂ ਪੋਲੀਟੀਕਲ ਜਿਹੜੀਆਂ ਹੁੰਦੀਆਂ ਉਹ ਇਲੈਕਸ਼ਨ ਦਾ ਪਲਾਨ ਕਰਦੀਆਂ 'ਚ ਕੋਈ ਮਾੜੀ ਗੱਲ ਨਹੀਂ ਹੈ, ਲੇਕਿਨ ਪੰਜਾਬ ਸਾਡਾ ਅਲਾਇੰਸ ਅਕਾਲੀ ਦਲ ਨਾਲ ਬੜਾ ਪੁਰਾਣਾ ਹੈ ਔਰ ਹਜੇ ਵੀ ਹੈਗਾ, ਅਗਾਂਹ ਵੀ ਰਹੂਗਾ। ਅਲਾਇੰਸ ਬਾਰੇ ਤਾਂ ਮੈਂ ਸਵਾਲ ਹੀ ਨਹੀਂ ਕਰਦਾ, ਪਤਾ ਨਹੀਂ ਕਿਉਂ ਅਲਾਇੰਸ ਨੂੰ ਵੇਚ ਲਿਆ ਉਹਨੇ ਤੁਸੀਂ। ਨਹੀਂ ਤੁਸੀਂ ਪੋਲੀਟੀਕਲ ਪਲਾਨ ਕਿਹੜੀ ਗੱਲ ਕਰ ਰਹੇ ਹੋ? ਹੋਰ ਕਰ ਨਹੀਂ ਨਹੀਂ ਇੱਕ ਮਿੰਟ, ਪੋਲੀਟੀਕਲ ਪਲਾਨ ਕਿਹੜਾ ਹੁੰਦਾ? ਇਲੈਕਸ਼ਨ ਲੜਨਾ ਹੀ ਹੁੰਦਾ ਹੈ, ਇਲੈਕਸ਼ਨ ਅਸੀਂ ਲੜ ਰਹੇ ਹਾਂ, ਪੋਲੀਟੀਕਲ ਆਰਗੇਨਾਈਜੇਸ਼ਨ ਹੈ ਅਸੀਂ। ਚਲੋ ਇੱਕ ਸੂਬੇ 'ਚ ਅਸੀਂ ਸਾਨੂੰ ਵੀ ਦੱਸ ਦਿਓ ਨਾ ਪਲਾਨ ਕੀ, ਕਿਹੜੇ ਪਲਾਨ ਦੀ ਗੱਲ ਕਰ ਰਹੇ ਹੋ? ਇਕੱਠੇ ਹੋ ਕੇ ਸਵਾਲ ਕਰ ਲਓ, ਮੈਨੂੰ ਕੋਈ ਦਿੱਕਤ ਨਹੀਂ ਹੈ। ਹਾਂ ਹਾਂ, ਮੈਂ ਤਾਂ ਹੀ ਪਲਾਨ ਸਾਰੇ ਦੋਨੋਂ ਸੋਚੋ। ਕੰਗ ਸਾਹਿਬ, ਐਸਜੀਪੀਸੀ ਦੇ ਵਿੱਚ ਚੋਣਾਂ ਲੜਨ ਦਾ ਕੋਈ ਪਲਾਨ ਹੈਗਾ ਅੰਦਰ ਖਾਤੇ? ਦੇਖੋ, ਐਸਜੀਪੀਸੀ ਜਿਹੜੀ ਹੈਗੀ ਆ ਉਹ ਸਿੱਖਾਂ ਦੀ ਜਿਹੜੀ ਨੁਮਾਇੰਦਾ ਜਥੇਬੰਦੀ ਆ, ਉਹ ਸਾਰੀ ਦੁਨੀਆ ਦੇ ਸਿੱਖ ਤੈਅ ਕਰਦੇ ਆ, ਉਹ ਨੋਨ ਪੋਲੀਟੀਕਲ ਆਰਗੇਨਾਈਜੇਸ਼ਨ ਹੈ। ਮੈਨੂੰ ਲੱਗਦਾ ਵੀ ਉਹ ਫੈਸਲਾ ਸਿੱਖਾਂ 'ਤੇ ਛੱਡ ਦੇਣਾ ਚਾਹੀਦਾ। ਬੀਜੇਪੀ ਦੇ ਸਿੱਖ ਵੀ ਲੜ ਸਕਦੇ ਆ? ਨਹੀਂ, ਸਿੱਖ ਤਾਂ ਕੋਈ ਵੀ ਲੜ ਸਕਦਾ। ਰਾਸ਼ਟਰੀ ਸਿੱਖ ਸੰਗਤ ਲੜ ਸਕਦੀ ਹੈ? ਨਹੀਂ ਨਹੀਂ, ਸਿੱਖ ਜਿਹੜਾ ਵੀ ਹੈ ਕਿਤੇ ਵੀ ਹੈ ਉਹ ਲੜ ਸਕਦਾ। ਠੀਕ ਹੈ, ਇਹ ਬੜਾ ਓਪਨ ਬਿਆਨ ਦਿੱਤਾ ਇਹਨਾਂ ਨੇ। ਮਾਲੀ ਸਾਹਿਬ ਜੀ, ਮੈਂ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝਾਂ, ਕਿਉਂਕਿ ਸਾਰੇ ਜਿਹੜੀਆਂ ਡਿਬੇਟਸ ਹੋ ਰਹੀਆਂ ਉਸ ਡਿਬੇਟ ਦੇ ਵਿੱਚ ਇਸ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਕਿ ਅਕਾਲੀ ਭਾਜਪਾ ਗੱਠਜੋੜ ਟੁੱਟ ਗਿਆ, ਅਕਾਲੀ ਭਾਜਪਾ ਗੱਠਜੋੜ ਟੁੱਟ ਜਾਵੇਗਾ। ਇਹ ਪਿਛਲੇ ਕਈ ਸਾਲਾਂ ਤੋਂ ਚਰਚਾਵਾਂ ਚੱਲਦੀ ਪਈਆਂ। ਹਰਿਆਣਾ ਦੀ ਚਰਚਾ ਨੂੰ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ, ਮੈਂ ਹਰਿਆਣਾ ਦੀ ਉਸ ਚਰਚਾ ਦੇ ਨਾਲ ਨਿੱਜੀ ਤੌਰ 'ਤੇ ਨਹੀਂ ਖੜਦਾ ਹੈਗਾ ਮਾਲੀ ਸਾਹਿਬ, ਜਿਹੜੀਆਂ ਗੱਲਾਂ ਸਾਹਮਣੇ ਉੱਭਰ ਕੇ ਆਈਆਂ ਹੈਗੀਆਂ। ਸਵਾਲ ਹੈਗਾ ਉਹਦੇ ਵਿੱਚ ਕੋਈ ਲੁਕਵੇਂ ਛਿਪੇ ਏਜੰਡੇ ਵੀ ਹੈਗੇ ਆ ਜਿਹੜੇ ਸਾਨੂੰ ਭਵਿੱਖ ਦੇ ਵਿੱਚ ਦਿਖਣਗੇ? ਸਾਨੂੰ ਉਹ ਇੱਕ ਸੌਖੀ ਜਿਹੀ ਡਿਬੇਟ ਲੈ ਕੇ ਅਕਾਲੀ ਭਾਜਪਾ ਗੱਠਜੋੜ ਟੁੱਟ ਸਕਦਾ? ਮੈਂ ਉਸ ਡਿਬੇਟ ਵਿੱਚ ਨਹੀਂ ਪੈਣਾ ਚਾਹੁੰਦਾ ਗਾ। ਮੈਂ ਡਿਬੇਟ 'ਚ ਪੈਣਾ ਚਾਹੁੰਦਾ ਕਿ ਭਾਜਪਾ ਦਾ ਮਿਸ਼ਨ ਪੰਜਾਬ 2022 ਕੋਈ ਪਲਾਨ ਹੋ ਸਕਦਾ ਜਾਂ ਨਹੀਂ? ਨਹੀਂ, ਹੋ ਸਕਦਾ ਨਹੀਂ, ਉਹਨਾਂ ਦਾ ਪਲਾਨ ਹੈਗੀ ਹੈਗਾ, ਉਹ ਸਾਰਾ ਤੁਹਾਡੇ ਸਾਹਮਣੇ ਵੀ ਆ ਰਿਹਾ। ਪਰ ਮੈਂ ਇੱਕ ਗੱਲ ਪਹਿਲਾਂ ਕਰਨੀ ਚਾਹੁੰਦਾ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਇਸ ਮਾਮਲੇ 'ਤੇ ਸਿਆਸਤ ਨਾ ਕਰੋ, ਪਾਣੀਆਂ 'ਤੇ ਸਿਆਸਤ ਨਾ ਕਰੋ, ਇਹ 'ਤੇ ਸਿਆਸਤ ਨਾ ਕਰੋ, ਇਹ 'ਤੇ ਫਿਰ ਸਿਆਸਤ ਰੱਖੀ ਕਾਹਦੇ ਖਾਤਰ ਹੈ ਜੀ? ਇਹ ਸਾਰੀ ਸਿਆਸਤ ਆ ਜੋ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ, ਕਿਸੇ ਵੀ ਮਸਲੇ 'ਤੇ ਕਰ ਰਹੀਆਂ ਨੇ, ਇਹ ਸਿਆਸਤ ਕਰ ਰਹੀਆਂ ਨੇ। ਸਿਆਸਤ ਕਰਨਾ ਕੋਈ ਗੁਨਾਹ ਨਹੀਂ ਹੁੰਦਾ, ਦੇਖਣਾ ਇਹ ਹੁੰਦਾ ਵੀ ਇਹ ਸਿਆਸਤ ਆ ਜਿਹੜੀ ਅਸੂਲੀ ਆ ਲੋਕਾਂ ਦੇ ਪੱਖ ਤੋਂ ਆ ਜਾਂ ਨਿੱਜੀ ਜਾਂ ਸੋੜੇ ਸਿਆਸੀ ਹਿੱਤਾਂ ਖਾਤਰ ਆ। ਅਸੂਲੀ ਸਿਆਸਤ ਕਰਨੀ ਕਿਸੇ ਵੀ ਮਸਲੇ 'ਤੇ ਕੋਈ ਗੁਨਾਹ ਨਹੀਂ। ਦੂਜੀ ਗੱਲ, ਜੋ ਵੀ ਕੁਛ ਇਹ ਹੋ ਰਿਹਾ ਨਾ ਜੀ, ਜਿਹਦੀ ਆਪਾਂ ਇਹ ਗੱਲ ਕਰਦੇ ਹਾਂ, ਤੁਸੀਂ ਥੋੜ੍ਹੀ ਜਿਹੀ ਜੇ ਪਿੱਛੇ ਨਿਗਾਹ ਮਾਰੋ, ਇੰਦਰਾ ਗਾਂਧੀ ਦੇ ਕਤਲ ਕੇਸ ਦੇ ਵਿੱਚ ਜਿਨ੍ਹਾਂ ਨੂੰ ਫਾਂਸੀ ਹੋਈ ਉਹ ਵੀ ਸਿੱਖ ਕੌਮ ਦੇ ਸ਼ਹੀਦ ਨੇ ਨਾ ਜੀ, ਉਹਨਾਂ ਦੀ ਵੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ ਨਾ ਜੀ, ਉੱਥੇ ਸ਼ਹੀਦਾਂ ਦੀ ਯਾਦਗਾਰ ਬਣੀ ਆ ਜਿਹੜੇ ਫੌਜ ਦੇ ਖਿਲਾਫ ਲੜੇ ਦਰਬਾਰ ਸਾਹਿਬ ਦੇ ਵਿੱਚੋਂ, ਉਦੋਂ ਤੁਸੀਂ ਉਹਨਾਂ ਦੇ ਨਾਲ ਹੋ, ਅੱਜ ਤੁਸੀਂ ਉਹਨਾਂ ਬੰਦਿਆਂ ਨੂੰ ਇਹ ਕਹਿ ਰਹੇ ਹੋ ਵੀ ਉਸ ਸਮੇਂ ਅੱਤਵਾਦ ਸੀ। ਸਿਆਸਤ ਫੈਸਲਾ ਕਰਦੀ ਆ। ਇੱਕ ਗੱਲ ਮੈਂ ਹੋਰ ਕਲੀਅਰ ਕਰਨੀ ਚਾਹੁੰਦਾ, ਕਾਨੂੰਨ ਦੇ ਅਨੁਸਾਰ ਫੈਸਲੇ ਨਹੀਂ ਹੁੰਦੇ ਜੀ, ਕਾਨੂੰਨ ਦੇ ਅਨੁਸਾਰ ਬਹੁਤ ਕਲੀਅਰ ਗੱਲਾਂ ਹੋ ਗਈਆਂ। ਉਦੋਂ ਬਾਅਦ ਵੀ ਉਮਰ ਕੈਦ ਦਾ ਮਤਲਬ ਆ ਟਿਲ ਡੈਥ। ਸਿਆਸਤ ਆ ਜਿਹੜੀ ਉਹਨੂੰ ਸਮਾਜ ਅਤੇ ਸਿਆਸੀ ਹਿੱਤਾਂ ਦੇ ਅਨੁਸਾਰ ਹੱਲ ਕਰਦੀ ਆ। ਇਹੀ ਸਿਆਸਤ ਆ ਜਿਹਦੇ ਜਿਹੜੇ ਅੱਤਵਾਦੀ ਨੂੰ ਅਸੀਂ ਕਹਿੰਦੇ ਨਾ ਪਾਕਿਸਤਾਨ ਤੋਂ ਧੂ ਕੇ ਲਿਆਉਣਾ, ਇਹੀ ਸਿਆਸਤ ਆ ਜਿਹੜੀ ਉਹਨਾਂ ਨੂੰ ਜੇਲ੍ਹਾਂ 'ਚੋਂ ਰਿਹਾਅ ਕਰਕੇ 24 ਘੰਟੇ 'ਚ, ਕਿੱਧਰ ਗਏ ਕਾਨੂੰਨ, ਕਿੱਧਰ ਗਈਆਂ ਮਾਫੀਆਂ, ਜਹਾਜ਼ 'ਚ ਛੱਡ ਕੇ ਆਏ ਸੀ ਕੰਧਾਰ। ਇਹੀ ਸਿਆਸਤ ਆ ਜਿਹਨੇ ਉੱਤਰ ਪ੍ਰਦੇਸ਼ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰਿਆ ਨਾ ਮੁੰਡਾ, ਕੈਦ ਹੋਈ ਨਾ ਉਹਨੂੰ ਸਾਰੇ ਕਾਸੇ ਤੋਂ, ਕਿਵੇਂ ਜੀ ਨਾਲ ਦੀ ਨਾਲ ਰਿਹਾ ਹੋ ਗਿਆ ਸਾਰੇ ਕਾਸੇ ਤੋਂ। ਇਹ ਸਿਆਸੀ ਫੈਸਲੇ ਨੇ, ਸਿਆਸੀ ਫੈਸਲੇ ਰਾਹੀਂ ਮਾਫੀ ਹੁੰਦੀਆਂ। ਹੁਣ ਮੈਂ ਕਹਿੰਦਾ ਸੁਪਰੀਮ ਕੋਰਟ ਤੋਂ ਬਾਅਦ ਆ ਜੀ, ਰਾਸ਼ਟਰਪਤੀ ਮਾਫ ਕਰਦਾ ਨਾ ਸਜ਼ਾ, ਪਰ ਉਹਦੀ ਕਰਦਾ ਜਿਹਦੀ ਮੰਤਰੀ ਮੰਡਲ ਪ੍ਰਵਾਨਗੀ ਦਿੰਦਾ। ਸੋ ਇਸ ਕਰਕੇ ਸਰਕਾਰਾਂ ਨੇ ਸਿਆਸਤ ਕਰਨੀ ਹੁੰਦੀ ਆ, ਸਿਆਸੀ ਫੈਸਲੇ ਕਰਨੇ ਹੁੰਦੇ ਆ। ਸਹੀ ਪੋਜੀਸ਼ਨ ਦੇ ਵਿੱਚ ਉਹ ਸਿਆਸੀ ਫੈਸਲੇ ਲੈਣਗੇ, ਉਹਨਾਂ ਨੂੰ ਬਿਲਕੁਲ ਵੈਲਕਮ ਕਰਨਾ ਚਾਹੀਦਾ। ਜੇ ਉਹ ਤੋੜ ਮਰੋੜ ਕੇ ਗੱਲਾਂ ਕਰਨਗੇ ਨਾ ਜੀ, ਜੇ ਉਹ ਮਤਲਬ ਅਸੂਲੀ ਪੋਜੀਸ਼ਨਾਂ ਨੂੰ ਰੱਦ ਕਰਕੇ ਕਰਨਗੇ, ਫਿਰ ਉਹ 'ਤੇ ਸਵਾਲ ਉੱਠਣਗੇ। ਹੁਣ ਮੈਂ ਤੁਹਾਨੂੰ ਪਹਿਲੀ ਗੱਲ ਇਹ ਕਹੀ ਆ ਵੀ 8 ਦੀ ਮਾਫੀ ਕਰਨ ਦਾ ਪੈਮਾਨਾ ਕੀ ਆ ਨਾ, ਉਹ ਤਾਂ ਸਾਹਮਣੇ ਆਵੇ ਨਾ ਜੀ, ਬਾਕੀ 'ਚ ਕਿਉਂ ਨਹੀਂ ਆਉਂਦੇ? ਠੀਕ ਹੈ, ਠੀਕ ਹੈ। ਇੱਕ ਹੋਰ ਥੋੜ੍ਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਬੰਦੀ ਸਿੰਘਾਂ ਦੇ ਬਹਾਨੇ ਕੀ ਨੇ ਸਿਆਸੀ ਨਿਸ਼ਾਨੇ, ਬਹੁਤ ਸਾਰੇ ਸਵਾਲ ਲੈ ਗਏ, ਪਰ ਇਹਨਾਂ ਸਵਾਲਾਂ ਦੇ ਵਿਚਾਲੇ ਸਵਾਲ ਇਹ ਵੀ ਹੈਗਾ ਕਿ ਸਿੱਖਾਂ ਦੇ ਨੇੜੇ ਦੇਖਣਾ ਭਾਜਪਾ ਲਈ ਮਜਬੂਰੀ ਹੈ ਜਾਂ ਜ਼ਰੂਰੀ ਹੈ? ਸਵਾਲ ਇੱਕੋ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ ਕਿ ਸਿੱਖਾਂ ਨਾਲ ਜੁੜੇ ਕੇਂਦਰ ਦੇ ਫੈਸਲੇ ਭਾਜਪਾ ਦੇ ਮਿਸ਼ਨ ਪੰਜਾਬ 2022 ਦਾ ਪਲਾਨ ਹੈ। ਮਾਲੀ ਸਾਹਿਬ, ਇੱਕ ਸਵਾਲ ਬੜਾ ਧਿਆਨ ਨਾਲ ਸੁਣੀਓ ਅਤੇ ਇਹਦਾ ਧਿਆਨ ਨਾਲ ਮੈਨੂੰ ਜਵਾਬ ਚਾਹੀਦਾ। ਮਾਲੀ ਸਾਹਿਬ, ਸਵਾਲ ਇਹ ਹੈਗਾ ਕਿ ਜਦੋਂ ਘੱਟ ਗਿਣਤੀਆਂ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਦੇ ਸਵਾਲ ਉੱਠਣ ਤਾਂ ਫਿਰ ਸਿੱਖ ਕੌਮ ਹੈ ਜਿਹੜੀ ਮਨਿਓਰਟੀ ਦੀ ਨੁਮਾਇੰਦਗੀ ਕਰਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੀ ਹੋਈ ਦਿਖਾਈ ਦਿੰਦੀ ਹੈ। ਇਸ ਲਈ UN ਵਿੱਚ ਵੀ ਜਾ ਕੇ ਭਾਰਤੀ ਜਨਤਾ ਪਾਰਟੀ ਨੂੰ ਕੁਝ ਤਾਂ ਦੱਸਣਾ ਹੈਗਾ। ਇਸ ਲਈ ਇਹ ਕਿਹਾ ਜਾ ਰਿਹਾ ਕਿ ਸਿੱਖਾਂ ਦੇ ਨੇੜੇ ਦੇਖਣਾ ਮਜਬੂਰੀ ਵੀ ਹੈ, ਭਾਰਤੀ ਜਨਤਾ ਪਾਰਟੀ ਦੇ ਜ਼ਰੂਰੀ ਵੀ ਹੈ। ਮਾਲੀ ਸਾਹਿਬ, ਇਸ ਸਵਾਲ ਦੇ ਨਾਲ ਇਤਫਾਕ ਰੱਖਦੇ ਹੋ ਤੁਸੀਂ? ਦੇਖੋ, ਜਿਹੜੀ ਸਿਆਸਤ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਲਿਆ ਰਹੀ ਹੈ, ਲਾਗੂ ਕਰ ਰਹੀ ਹੈ, ਇਹ
ਨੂੰ ਪਾਕਿਸਤਾਨ ਨਾਲ ਅੱਤਵਾਦ ਨਾਲ ਜੋੜ ਕੇ ਸਾਹਮਣੇ ਸਿਆਸਤ ਲਿਆਂਦੀ ਸੀ ਉਹਦੀ ਪਰਤੋਂ ਆ ਇਹ ਕੋਈ ਨਵੀਂ ਗੱਲ ਨਹੀਂ ਹੈ ਪਹਿਲਾਂ ਵੀ ਇਹ ਹੋਈ ਆ ਪਹਿਲੀ ਸਿਆਸਤ ਖੇਡ ਕੇ ਜਿਹੜੀ ਕਾਂਗਰਸ ਆ ਉਹਨੇ 400 ਤੋਂ ਵੱਧ ਸੀਟਾਂ ਲਈਆਂ ਸੀ ਇਹਨਾਂ ਨੂੰ 303 ਆਈਆਂ ਨੇ ਸੋ ਜਿਹੜੀ ਗੱਲ ਗਲੋਬਲੀ ਮੈਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਦੀ ਇਹ ਲੋੜ ਆ ਸਿਆਸੀ ਤੌਰ 'ਤੇ ਲੋਕਾਂ ਨੂੰ ਇਹ ਦਿਖਾ ਸਕਣ ਦੁਨੀਆਂ ਨੂੰ ਵੀ ਸਿੱਖ ਸਾਡੇ ਨਾਲ ਨੇ ਪਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਜਿਹੜੇ ਜ਼ਖਮ ਦਿੱਤੇ ਨੇ ਸਿੱਖ ਕੌਮ ਨੂੰ ਉਹਦੇ ਵਿੱਚ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨਾ ਕਰੰਗੜੀ ਪਾ ਕੇ ਚੱਲਦੀਆਂ ਨੇ ਹੁਣ ਤੱਕ ਮੇਰਾ ਇੱਕ ਸਵਾਲ ਹੋਰ ਵੀ ਲੈ ਲਓ ਮਾਲੀ ਸਾਹਿਬ ਕੀ ਇਹ ਕੇ2 ਪਲਾਨ ਦਾ ਹਿੱਸਾ ਤਾਂ ਨਹੀਂ ਹੈਗਾ ਕਸ਼ਮੀਰ ਦਾ ਮੁੱਦਾ ਜਿਹੜਾ ਧਾਰਾ 370 ਹਟਾਉਣ ਵਾਲਾ ਅਤੇ ਖਾਲਿਸਤਾਨ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਉਹ ਉਸ ਮੁੱਦੇ ਨੂੰ ਟੈਕਲ ਕਰਨਾ ਵੀ ਇੱਕ ਇਹ ਉਸ ਦਾ ਟਾਰਗੇਟ ਤਾਂ ਨਹੀਂ ਹੈਗਾ ਦੇਖੋ ਇਸ ਮਸਲੇ ਨੇ ਜਲੂਸ ਕੱਢਤਾ ਵੱਡੇ ਵੱਡੇ ਕਹਾਉਂਦਿਆਂ ਦੀ ਸਿਆਸਤ ਦਾ ਆਨੰਦਪੁਰ ਦਾ ਮਤਾ ਜਿਹਦੇ ਖਾਤਰ ਧਰਮ ਯੁੱਧ ਮੋਰਚਾ ਲੱਗਿਆ ਸੀ ਕੀ ਸੀ ਜੀ ਉਹ ਧਾਰਾ 370 ਸੀ ਨਾ ਜੀ ਉਹੀ ਫੈਡਰਲ ਸਿਸਟਮ ਸੀ ਨਾ ਅਤੇ ਅੱਜ ਉਹੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਸੀ ਲੋਕਾਂ ਨੂੰ ਤਾਕਤ ਦੇਵਾਂਗੇ ਵਲੰਟੀਅਰ ਆ ਜਿਹੜੇ ਉਹੀ ਫੈਸਲਾ ਕੁਨ ਹੋਣਗੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਧਾਰਾ 370 ਦਾ ਡਟ ਕੇ ਵਿਰੋਧ ਉਹਦੇ ਹਟਾਉਣ ਦਾ ਡਟ ਕੇ ਹਮਾਇਤ ਕਰ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ ਜੀ ਇੱਕ ਸੂਬਾ ਉਹ ਸੂਬੇ ਦੀ ਹੋਂਦ ਖਤਮ ਕਰਤੀ ਜਿਹਨੂੰ ਵਿਸ਼ੇਸ਼ ਦਰਜਾ ਦਿੱਤਾ ਹੋਇਆ ਸੀ ਇਹ ਲੋਕ ਦਿਖਾਵੇ ਦੀ ਗੱਲਾਂ ਨੇ ਭਾਰਤ ਦੇ ਵਿੱਚ ਪੰਜਾਬ ਇੱਕੋ ਇੱਕ ਇਹੋ ਜਿਹਾ ਸੂਬਾ ਜਿਹੜਾ ਡਟ ਕੇ ਕਸ਼ਮੀਰੀਆਂ ਦੇ ਨਾਲ ਖੜਾ ਤੁਸੀਂ ਸਟੂਡੈਂਟਸ ਵੇਲੇ ਲੈ ਲਓ ਤੁਸੀਂ ਹੁਣ ਦੇਖ ਲਓ ਪੰਜਾਬ 'ਚ ਸਭ ਤੋਂ ਵੱਧ ਕਸ਼ਮੀਰੀਆਂ ਦੇ ਨਾਲ ਯਕਜਹਿਤੀ ਪ੍ਰਗਟ ਕੀਤੀ ਜਾ ਰਹੀ ਹੈ ਇਹਨਾਂ ਐਲਾਨਾਂ ਦੇ ਨਾਲ ਇਹਨਾਂ ਫੈਸਲਿਆਂ ਦੇ ਨਾਲ ਕਿ ਪੰਜਾਬ ਦੀ ਸਥਿਤੀ ਜਾਂ ਪੰਜਾਬੀਆਂ ਦਾ ਕਸ਼ਮੀਰੀਆਂ ਦੇ ਹੱਕ ਵਿੱਚ ਖੜਨਾ ਤਬਦੀਲ ਹੋ ਜਾਵੇਗਾ ਬਿਲਕੁਲ ਨਹੀਂ ਹੋਊ ਇਹ ਤਾਂ ਇਹ ਗੱਲ ਸਾਬਤ ਹੁੰਦੀ ਆ ਵੀ ਪੰਜਾਬੀ ਜੋ ਗੱਲ ਕਰ ਰਹੇ ਨੇ ਉਹ ਸਹੀ ਕਰ ਰਹੇ ਨੇ ਤੁਸੀਂ ਦੇਖੋ ਤਾਂ ਸਹੀ ਨਾ ਜੀ ਪੰਜਾਬ ਦੇ ਲੋਕ ਕਿਤੇ ਹੋਰ ਖੜੇ ਨੇ ਪੰਜਾਬੀ ਦੀ ਸਿਆਸੀ ਪਾਰਟੀਆਂ ਕਿਤੇ ਹੋਰ ਖੜੀਆਂ ਠੀਕ 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 ਮਾਲੂਮ ਸਿੰਘ ਕੰਗ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਅਤੇ ਪੰਜਾਬੀਅਤ ਪੰਜਾਬੀ ਕਿੱਥੇ ਖੜੇ ਦਿਖਾਈ ਦਿੰਦੇ ਤੁਹਾਨੂੰ ਦੇਖੋ ਪਹਿਲੀ ਗੱਲ ਤਾਂ ਮੈਂ ਮਾਲੀ ਸਾਹਿਬ ਤੋਂ ਇਸ ਗੱਲ ਤੋਂ ਸਹਿਮਤ ਨਹੀਂ ਹਾਂ ਵੀ ਜੇ ਉਹ ਕਾਂਗਰਸ ਨਾਲ ਜਿਹੜਾ ਇਹਨਾਂ ਨੇ ਸਾਨੂੰ ਮਿਲਾਇਆ ਨਾ ਕਾਂਗਰਸ ਦਾ ਤਾਂ ਸਾਡਾ ਬੁਨਿਆਦੀ ਫਰਕ ਹੀ ਇਹ ਆ ਵੀ ਕਾਂਗਰਸ ਜਾਤ ਪਾਤ ਧਰਮ ਦੇ ਨਾਂ 'ਤੇ ਵੰਡੀਆਂ ਪਾਉਂਦੀ ਆ ਸਮਾਜ ਨੂੰ ਔਰ ਪਿਛਲੇ 70 ਸਾਲਾਂ 'ਚ ਮੈਜੋਰਿਟੀ ਟਾਈਮ 'ਚ ਉਹਨਾਂ ਨੇ ਰਾਜ ਕੀਤਾ ਔਰ ਦੇਸ਼ ਦੇ ਲੋਕਾਂ ਨੂੰ ਲੜਾਇਆ ਇਸ ਕਰਕੇ ਸਾਡੀ ਨਜ਼ਰ 'ਚ ਸਾਰੇ ਦੇਸ਼ ਦੇ ਜਿਹੜੇ ਲੋਕ ਹੈ ਇੱਕ ਉਹਨਾਂ ਦੀ ਜਗ੍ਹਾ ਇੱਕ ਥਾਂ ਇੱਕ ਬਰਾਬਰ ਹੈ ਇਸ ਕਰਕੇ ਮੈਂ ਬਿਲਕੁਲ ਇਸ ਗੱਲ ਤੋਂ ਮਾਲੀ ਸਾਹਿਬ ਤੋਂ ਸਹਿਮਤ ਨਹੀਂ ਹਾਂ ਵੀ ਅਸੀਂ ਕਾਂਗਰਸ ਨਾਲ ਕਿਸੇ ਤਰ੍ਹਾਂ ਵੀ ਸਾਡਾ ਬੁਨਿਆਦੀ ਸਾਡਾ ਬਹੁਤ ਵੱਡਾ ਫਰਕ ਹੈ ਦੂਜੀ ਗੱਲ ਜਿਹੜੀ ਗੱਲ ਕਸ਼ਮੀਰ ਦੀ ਆ ਉਹ 370 ਸਾਡੇ ਏਜੰਡੇ ਤੇ ਪਹਿਲਾਂ ਵੀ ਸੀ ਉਹ ਕੋਈ ਨਵਾਂ ਨਹੀਂ ਆਇਆ ਉਹ ਪਿਛਲੇ 60-70 ਸਾਲਾਂ ਤੋਂ ਇਸ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ ਇਸ ਫੈਸਲੇ ਨੂੰ ਉਹਨਾਂ ਫੈਸਲਿਆਂ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਕਿਹੜੇ ਫੈਸਲੇ ਨੂੰ ਕਸ਼ਮੀਰ ਦੀ ਧਾਰਾ 370 ਹਟਾਉਣ ਦੇ ਮਾਮਲੇ ਨੂੰ ਇਸ ਮਾਮਲੇ ਨਾਲ ਜੋੜ ਕੇ ਦੇਖਣਾ ਚਾਹੀਦਾ ਨਹੀਂ ਮੈਂ ਉਸ ਉਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ ਕਸ਼ਮੀਰ ਨੂੰ ਪੰਜਾਬ ਨਾਲ ਰਲਾ ਕੇ ਨਾ ਦੇਖੋ ਰਹੀ ਗੱਲ ਪੰਜਾਬ ਦੇ ਫੈਸਲੇ ਪੰਜਾਬ ਉੱਤੇ ਧੱਕੇਸ਼ਾਹੀ ਪੰਜਾਬ ਨਾਲ ਜੋ ਕਾਂਗਰਸ ਨੇ ਜ਼ਬਰਦਸਤੀ ਲੋਕਾਂ ਨਾਲ ਅਨਿਆਇ ਕੀਤਾ ਸਿੱਖ ਅੱਤਵਾਦੀ ਵੀ ਕਾਂਗਰਸ ਦੀ ਦੇਣ ਹੈ ਉਹ ਸਾਰੀਆਂ ਜ਼ਖਮਾਂ 'ਤੇ ਭਾਰਤੀ ਜਨਤਾ ਪਾਰਟੀ ਮਲਮ ਲਾ ਰਹੀ ਆ ਸਿੱਖਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਉਹਨਾਂ ਦਾ ਨਿਆਂ ਆ ਜਸਟਿਸ ਹੈ ਉਹ ਦੇਣ ਦਾ ਕੰਮ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਚਾਹੇ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਹੋਵੇ ਚਾਹੇ ਬਲੈਕ ਲਿਸਟ ਖਤਮ ਕਰਨ ਦੀ ਗੱਲ ਹੈ ਚਾਹੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਗੱਲ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆ ਸਾਰੇ ਜਿਹੜੇ ਬੁੱਧੀਮਾਨ ਲੋਕ ਇੱਥੇ ਬੈਠੇ ਪਹਿਲਾਂ ਵੀ ਆਵਾਜ਼ ਉਠਾਉਂਦੇ ਰਹੇ ਇਹਨਾਂ ਨੂੰ ਇਸ ਗੱਲ ਦਾ ਸਵਾਗਤ ਕਰਨਾ ਚਾਹੀਦਾ ਠੀਕ ਹੈ ਨੀਲਕਰ ਸਾਹਿਬ ਮੈਂ ਇੱਕ ਸਵਾਲ ਕੀਤਾ ਸੀਗਾ UN ਦੇ ਵਿੱਚ ਜਾਂ ਹੋਰ ਵਿਸ਼ਵ ਪੱਧਰ 'ਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਦਿਖਾਉਣਾ ਬਣਦਾ ਹੈਗਾ ਜ਼ਰੂਰੀ ਵੀ ਹੈਗਾ ਕਿ ਘੱਟ ਗਿਣਤੀ ਉਹਨਾਂ ਦੇ ਨਾਲ ਕੋਈ ਖੜੀ ਹੈਗੀ ਆ ਇਹ ਮਜਬੂਰੀ ਤਾਂ ਨਹੀਂ ਹੈਗੀ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਫੈਸਲੇ ਨੂੰ ਉਸ ਮਜਬੂਰੀ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਕਰਨੀ ਚਾਹੀਦਾ ਦੇਖੋ ਇਹ ਹੋ ਸਕਦੀ ਹੈ ਬਟ ਇਹ ਇੱਕ ਸਿਰਫ ਦਿਖਾਵਾ ਹੀ ਹੋਏਗਾ ਅਸਲੀਅਤ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਟ੍ਰੈਟਜੀ ਹੈਗੀ ਉਹ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਖਿਲਾਫ ਰਹੀ ਹੈਗੀ ਹੈ ਮੈਂ ਮਾਲੀ ਸਾਹਿਬ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹੈਗਾ ਜਦੋਂ ਇਹ ਗੱਲ ਕਰਦੇ ਹਾਂ ਵੀ ਕਾਂਗਰਸ ਅਤੇ ਅੱਗੇ ਜਿਹੜੀ ਬੀਜੇਪੀ ਕੋਈ ਆ 1984 ਦੇ ਦੰਗਿਆਂ ਦੀ ਜਿਹਦੀ ਅੱਜ ਮਤਲਬ ਪੰਜਾਬ ਨਸ਼ਲ ਕੁਸ਼ੀ ਕਹੋ ਜਾਂ ਕਤਲੇਆਮ ਕਹੋ ਦੰਗੇ ਨਾ ਕਹੋ ਚਲੋ ਨਸ਼ਲ ਕੁਸ਼ੀ ਨਸ਼ਲ ਕੁਸ਼ੀ ਜਿਹੜੀ ਹੈਗੀ ਸੀ ਉਸ ਦੇ ਵਿੱਚ 21 ਜਿਹੜੇ RSS ਦੇ ਨਾਲ ਰਿਲੇਟਡ ਵਰਕ ਸੀ ਉਹਨਾਂ ਦੇ ਉੱਤੇ ਵੀ ਯਾਨੀ ਕਿ FIR ਸਜ਼ਾ ਵੀ ਹੋਈ ਅਤੇ ਉਦੋਂ ਯਾਨੀ ਕਿ ਇਹ ਇਹਨਾਂ ਦੇ ਹੀ ਲੀਡਰ ਜਿਹੜੇ ਹੈਗੇ ਸੀ ਆਪਣੀ ਕਿਤਾਬਾਂ ਦੇ ਵਿੱਚ ਕਹਿੰਦੇ ਹੈਗੇ ਕਿ ਹਾਂ ਸਾਡੇ ਕਹਿਣ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਫਿਰ ਇਹ ਉਸ ਤੋਂ ਵੱਖਰੇ ਕਿਵੇਂ ਹੋ ਸਕਦੇ ਆ ਨੀਲਗਰ ਸਾਹਿਬ ਇੱਕ ਸਵਾਲ ਤੁਹਾਡੀ ਪਾਰਟੀ 'ਤੇ ਵੀ ਹੈਗਾ ਕਿ ਪਹਿਲੀ ਵਾਰੀ ਹੋਇਆ ਦਿੱਲੀ ਦੀ ਸਰਕਾਰ ਦੇ ਵਿੱਚ ਕੋਈ ਸਿੱਖ ਚਿਹਰਾ ਮੰਤਰੀ ਨਹੀਂ ਹੈਗਾ
देखो इस सवाल नु किवें टैकल करोगे तुसी पहला चार सिख चेहरे सी उस तो बाद तीन रह गए क्योंकि जरनैल जी इत्थे आ गए सी बादशाह दे खिलाफ तुसी देखो इह धर्म दी राजनीति दूसरी पार्टियां करदियां होणियां असीं धर्म दी राजनीति नहीं करदे तुहानू शायद याद भुल गया कि केजरीवाल साहब इलैक्शन तो पहला बयान दिंदे सीगे कि कांग्रेस तो मुसलमान हुण दूर हो गए बयान याद कर लियो निलगर साहब राजनीति नहीं करती और तुहानू पता है जिहड़ा है 15% जिहड़ा टोटल कोरम के मुताबिक स्ट्रेंथ के मुताबिक जानी कि उत्थे मिनिस्टर बन सकते हैं और मैरिट के आधार के उत्ते जो भी उस फिट बैठता उसनू बनाया जाता उस कोरम के पहला भी सिख मंत्री रहे फिर क्यों गया मैं तो सवाल ਕੀਤਾ ਨਾ ਤੁਹਾਡਾ ਜਵਾਬ ਤੁਸੀਂ ਜਵਾਬ ਦੇਤਾ ਗੱਲ ਖਤਮ ਹੋ ਗਈ ਲੋਕ ਫੈਸਲਾ ਕਰਨਗੇ ਨਾ ਮੈਂ ਥੋੜੀ ਫੈਸਲਾ ਕਰਨਾ ਤਾਰੀ ਸਾਹਿਬ ਇਹ ਧਰਮ ਵਾਲੀ ਸਿਆਸਤ ਤੁਸੀਂ ਕਰਦੇ ਹੋ ਸਿਰਫ ਇਹ ਨਾ ਇਹ ਕਰਦੇ ਆ ਨਾ ਇਹ ਕਰਦੇ ਆ ਦੇਖੋ ਸਾਡਾ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਤਾਂ ਹੈ ਹੀ ਮੀਰੀ ਪੀਰੀ ਦੇ ਸਨਾਤ ਦੇ ਨਾਲ ਹੈ ਸਾਡਾ ਤਾਂ ਧਰਮ ਔਰ ਸਿਆਸਤ ਇਕੱਠੇ ਆ ਅਸੀਂ ਤਾਂ ਉਹਨੂੰ ਕਦੇ ਵੀ ਜਿਹੜਾ ਹੈਗਾ ਅੱਡ ਅੱਡ ਨਹੀਂ ਕੀਤਾ ਨੰਬਰ 2 ਜਿਹੜੀ ਮਾਲੀ ਸਾਹਿਬ ਨੇ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਇਹਨਾਂ ਨੇ ਵਿੱਚ ਕਰੀ ਹੈ 370 ਧਾਰਾ ਦੀ ਗੱਲ ਵਿੱਚ ਕਰੀ ਹੈਗੀ ਹੈ ਦੇਖੋ ਇਹਨਾਂ ਦੋਵਾਂ ਦੇ ਵਿੱਚ ਬਹੁਤ ਫਰਕ ਸੀ 370 ਦੇ ਵਿੱਚ ਕੋਈ ਕੁਐਸਚਨਸ ਇਸ ਤਰ੍ਹਾਂ ਦੇ ਸੀ ਜਿਵੇਂ ਜਿਹੜਾ ਹੈਗਾ 6 ਸਾਲ ਦੀ ਉਹਨਾਂ ਦਾ ਅਸੈਂਬਲੀ ਦਾ ਟਾਈਮ ਹੋਰ ਬਹੁਤ ਸਾਰੀਆਂ ਜਿਵੇਂ ਉੱਥੇ ਕੋਈ ਚੀਜ਼ ਨਾ ਖਰੀਦਣ ਚਲੋ ਉਹਦਾ ਤੁਹਾਡਾ ਸਟੈਂਡ ਸਪਸ਼ਟ ਹੈਗਾ ਧਾਨੀ ਸਾਹਿਬ ਟਾਈਮ ਵੇਸਟ ਕਰ ਲਵਾਂਗੇ ਨਹੀਂ ਹਾਂਜੀ ਹਾਂ ਮੇਰਾ ਸਵਾਲ ਹੈਗਾ ਧਾਨੀ ਸਾਹਿਬ ਕਿ ਹੁਣ ਅਕਾਲੀ ਦਲ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦਾ ਇਸ ਮੁੱਦੇ ਤੇ ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਭਾਰਤੀ ਜਨਤਾ ਪਾਰਟੀ ਦਾ ਨਹੀਂ ਦੇਖੋ ਅਸੀਂ ਜਿਹੜੀ ਹੈਗੀ ਹੈ ਹੁਣ ਜਿਹੜੀ ਮੌਕੇ ਦੀ ਸਰਕਾਰ ਹੈਗੀ ਆ ਮੋਦੀ ਸਾਹਿਬ ਦਾ ਅਸੀਂ ਇਸ ਗੱਲ ਤੇ ਧੰਨਵਾਦ ਕਰਦੇ ਹੈਗੇ ਆ ਨਾਲ ਦੀ ਨਾਲ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀ ਉਹਦਾ ਮੈਂ ਜਵਾਬ ਦੇ ਰਿਹਾ ਨਾਲ ਦੀ ਨਾਲ ਅਸੀਂ ਜਿਹੜਾ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕਮੇਟੀ ਦਾ ਵੀ ਕਰਦੇ ਹਾਂ ਉਹਨਾਂ ਨੇ ਬਿਲਕੁਲ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਸ ਨੇ ਜਿਹੜੀ ਹੈਗੀ ਹੈ ਇਹ ਸ਼ੁਰੂਆਤ ਕੀਤੀ ਸੀ ਕਿ ਇਹਨਾਂ ਦੀ ਜਿਹੜੀ ਹੈਗੀ ਹੈ ਮਾਸੀ ਪਟੀਸ਼ਨ ਆਪਣੇ ਲੈਵਲ ਤੇ ਬਾਈ ਲਾਸਟ ਵਾਲਾ ਜਵਾਬ ਦੇ ਦਿਓ ਮੈਨੂੰ ਤੁਸੀਂ ਇੱਕ ਮਿੰਟ ਥੋੜਾ ਕਾਨੂੰਨੀ ਨੁਕਤਾ ਵੀ ਸਮਝਾ ਦਿਓ ਤੁਸੀਂ ਤੁਹਾਨੂੰ ਲਿਸਟ ਬਾਰੇ ਪਤਾ ਹੈ ਜੋ ਕੁਝ ਹੋ ਰਿਹਾ ਕੇਂਦਰ ਵੱਲੋਂ ਅੱਛਾ ਇਹ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਬਲਵੰਤ ਸਿੰਘ ਰਾਜੂਆਣਾ ਦੇ ਕੇਸ ਵਿੱਚ ਕੀ ਹੈਗਾ ਕਿਉਂਕਿ ਤੁਸੀਂ ਤਾਂ ਵਕੀਲ ਹੋ ਦੇਖੋ ਗੱਲ ਇਹ ਹੈਗੀ ਹੈ ਇਹਦੀ ਲਾਈਫ ਇੰਪ੍ਰਿਜ਼ਨਮੈਂਟ ਦੀ ਤਾਂ ਗੱਲ ਹੁਣ ਹੋਊਗੀ ਪਹਿਲਾਂ ਤਾਂ ਇਹਦੀ ਡੈਥ ਵਾਲੀ ਗੱਲ ਹੋਈ ਵੀ ਹੈ ਦੋਵੇਂ ਸਜ਼ਾ ਦੀ ਗੱਲ ਨਹੀਂ ਹੁੰਦੀ ਹੈਗੀ ਇੱਕ ਸਜ਼ਾ ਹੈ ਇਹਨਾਂ ਦੀ ਸਜ਼ਾ ਹੈਗੀ ਹੈ ਹੈਂਗ ਟਿਲ ਡੈਥ ਦੂਜੀ ਗੱਲ ਜੇ ਹੁਣ ਇਹ ਸਜ਼ਾ ਨੂੰ ਜਿਹੜੀ ਹੈਗੀ ਹੈ ਘਟਾਉਂਦੇ ਹੈ ਘਟਾ ਕੇ ਨਵਾਂ ਫੈਸਲਾ ਕਰਦੇ ਹੈਗੇ ਉਹਦੇ ਵਿੱਚ ਇਹ ਗੱਲ ਆਉਣੀ ਹੈਗੀ ਆ ਵੀ ਟਿਲ ਡੈਥ ਜਾਂ ਮਤਲਬ ਰਾਸ਼ਟਰਪਤੀ ਕੋਲੇ ਕਿਹੜੀ ਅਪੀਲ ਗਈ ਤੁਹਾਨੂੰ ਤਾਂ ਪਤਾ ਹੀ ਹੋਗਾ ਨਾ ਗੱਲ ਦੀ ਗੱਲ ਰਾਸ਼ਟਰਪਤੀ ਕੋਲੇ ਕਿਹੜੀ ਅਪੀਲ ਗਈ ਅਸੀਂ ਤਾਂ ਬਿਲਕੁਲ ਉਹਨਾਂ ਦੀ ਸਭ ਮਾਫ਼ ਕਰਾਉਣ ਲਈ ਕਰੀਏ ਠੀਕ ਹੈ ਮਾਲੀ ਸਾਹਿਬ ਇੱਕ ਲਾਸਟ ਮਿੰਟ ਮੈਂ ਚਾਹੀਦਾ ਮਾਲੀ ਸਾਹਿਬ ਪੰਜਾਬ 'ਚ ਭਾਜਪਾ ਭਵਿੱਖ ਵਿੱਚ ਇਕੱਲੇ ਚੋਣ ਲੜ ਸਕਦੀ ਹੈ ਜਾਂ ਭਾਜਪਾ ਨੂੰ ਇਹ ਵਾਰਾ ਨਹੀਂ ਖਾਂਦਾ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਅਸੀਂ ਮਨਾ ਰਹੇ ਹਾਂ ਉਹਨਾਂ ਦਾ ਸੰਦੇਸ਼ ਹੈ ਜਿਹੜਾ ਸਾਨੂੰ ਮਨਾਂ ਦੇ ਵਿੱਚ ਵਸਾਉਣਾ ਚਾਹੀਦਾ ਇੱਕ ਉਹਨਾਂ ਨੇ ਕਿਹਾ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨਕ ਸੰਧਾਂ ਕਾਲੀਆਂ ਬਾਹਰੋਂ ਚਿੱਟਵੀਆਂ ਅਤੇ ਸਾਨੂੰ ਜਵਾਬ ਦੇਣਾ ਪਊ ਵੀ ਭਾਰਤੀ ਜਨਤਾ ਪਾਰਟੀ ਦਾ ਸਿਰਫ ਇੱਕ ਮੁਸਲਮਾਨ MP ਕਿਉਂ ਆ ਜੇ 18 ਕਰੋੜ ਵੀ ਇੱਥੇ ਨੇ ਸਾਨੂੰ ਇਹ ਜਵਾਬ ਦੇਣਾ ਪਊ ਵੀ ਜਦੋਂ ਤੁਸੀਂ ਵਿਰੋਧੀ ਧਿਰ ਦਾ ਨੇਤਾ ਬਦਲਦੇ ਹੋ ਆਮ ਆਦਮੀ ਪਾਰਟੀ ਵਾਲੇ ਉਦੋਂ ਤੁਸੀਂ ਕਹਿੰਦੇ ਹੋ ਅਸੀਂ ਜਾਤੀ ਦੀ ਰਾਜਨੀਤੀ ਨਹੀਂ ਕਰਨੀ ਉਦੋਂ ਕਹਿੰਦੇ ਹੋ ਆਹ ਦੇਖੋ ਜੀ ਦਲਿਤ ਨੂੰ ਨੁਮਾਇੰਦਗੀ ਦੇਣੀ ਜ਼ਰੂਰੀ ਆ ਸੋ ਇਸ ਕਰਕੇ ਅੱਜ ਜੇ 55 ਦਿਨ ਤੋਂ 80 ਲੱਖ ਬੰਦਾ ਕੈਦ ਦੇ ਵਿੱਚ ਆ ਤੁਸੀਂ ਕਹਿੰਦੇ ਹੋ ਸਾਰੀਆਂ ਪਾਬੰਦੀਆਂ ਖਤਮ ਕਰਤੀਆਂ ਨਾ ਕੋਈ ਜਾ ਸਕਦਾ ਨਾ ਖਬਰ ਆ ਸਕਦਾ ਅਤੇ ਤੁਸੀਂ ਕਹਿੰਦੇ ਹੋ ਅਸੀਂ ਜਾਤੀ ਧਰਮ 'ਤੇ ਕੋਈ ਫਰਕ ਨਹੀਂ ਕਰਦੇ ਵਿਤਕਰਾ ਨਹੀਂ ਕਰਦੇ ਹਕੀਕਤਾਂ ਨਾਲ ਸਾਹਮਣੇ ਰੱਖੋ ਅੱਖਾਂ 'ਚ ਅੱਖਾਂ ਪਾ ਕੇ ਜਵਾਬ ਦਿਓ ਅਤੇ ਭਾਰਤੀ ਜਨਤਾ ਪਾਰਟੀ ਅੱਜ ਦੀ ਹਾਲਤ 'ਚ ਮੈਂ ਕਹਿਣਾ ਉਹਦਾ ਏਜੰਡਾ ਇਹ ਆ ਸਿੱਖਾਂ ਨੂੰ ਵੱਧ ਤੋਂ ਵੱਧ ਰਾਸ਼ਟਰਵਾਦੀ ਬਣਾਉਣਾ ਉਹਨਾਂ ਦੀ ਸੋਚ 'ਚ ਬਦਲਾਅ ਬਣਾਉਣਾ ਜਿਹਦੇ ਝੰਡਾ ਬਰਦਾਰ ਸੁਖਵੀਰ ਅਤੇ ਹਰਸਿਮਰਤ ਅਤੇ ਆਪਣੇ ਅਮਰਿੰਦਰ ਸਿੰਘ ਬਣੇ ਹੋਏ ਨੇ ਮੋਦੀ ਪਿੱਛੋਂ ਬੋਲਦਾ ਪਾਕਿਸਤਾਨ ਦੇ ਖਿਲਾਫ ਇਹ ਸਭ ਤੋਂ ਪਹਿਲਾਂ ਬੋਲਦੇ ਨੇ ਇਹਨਾਂ ਦਾ ਰਾਸ਼ਟਰੀਕਰਨ ਕਰਨਾ ਉਸੇ ਸਕੀਮ 'ਚ ਸਾਰਾ ਕੁਛ ਹੋ ਰਹੀਆਂ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲੀ ਸਰਕਾਰ ਬਣਾਊ ਨੀ ਪੰਜਾਬ 'ਚ ਸਰਕਾਰ ਬਣਾਉਣਾ ਜਿੱਥੇ ਪੰਜਾਬ ਖੜਾ ਸ਼ੇਰ ਦੀ ਸਵਾਰੀ ਕਰਨਾ ਨਾ ਇੱਥੇ ਚਾਹੂਗਾ ਕੇਜਰੀਵਾਲ ਨਾ ਇਹ
ਮਾਲੀ ਸਾਹਿਬ ਜਿਹੜੇ ਆਖਰੀ ਕਮੈਂਟ ਦਿੱਤੇ ਹੈਗੇ ਆ, ਮੈਨੂੰ ਲੱਗਦਾ ਉਸ ਕਮੈਂਟ ਤੇ ਸਾਨੂੰ ਚਰਚਾ ਆ ਕੇ ਵਧਾਉਣੀ ਚਾਹੀਦੀ ਹੈ। ਜਦੋਂ ਅਗਲੀ ਚਰਚਾ ਵਿੱਚ ਅਸੀਂ ਬੈਠਾਂਗੇ ਤਾਂ ਸ਼ਾਇਦ ਉਹਨਾਂ ਮੁੱਦਿਆਂ ਦੀ ਚਰਚਾ ਵਧੇਰੇ ਹੋਵੇਗੀ, ਕਿਉਂਕਿ ਦੱਸਣਾ ਪਵੇਗਾ ਕਿ ਸਿਆਸੀ ਨਿਸ਼ਾਨੇ ਹੁੰਦੇ ਕੀ ਹੈ ਅਤੇ ਬਹਾਨੇ ਹੁੰਦੇ ਕੀ ਹੈ। ਬਹੁਤ ਧੰਨਵਾਦ।